घुट पीला जी बिल्कुल ठंडा हो जाना है ते फिर कम भी सोने अर्गी करेगा शरीर नु गोल्ड बना देगा मजेदार 21 दिन लगातार पी लो उस तो बाद तुसी ना बोले गली च बाहर निकल के पेदी वर्गी कोई चीज ही नहीं हैगी सो ये तस्वीर ने जड़िया देखो तुसी इस टाइम गोल्डन मिल्क बन गया इहदा टेस्ट इन्ना शानदार है जिन्हें एक कप पी लिया वह बस फैमिली नू ते आप बाद ही पीएगा ये मेरी गरंटी है फायदे से आ जाइए सब तो वड्डा फायदा गठिए के मरीज वास्ते बहुत इफेक्टिव है थायराइड के पेशेंट वास्ते बहुत इफेक्टिव है फाइब्रेड भैनों के मातावां के फाइब्रेड सिस्ट बन रही ने उसके लिए बहुत इफेक्टिव टॉनिक है असं इन बकायदा रिकमेंड कर रहे हैं हुण जिन्हों फाइब्रेड की समस्या हारमोनल समस्या ने मूड स्विंग होंगे ने उन्होंने वास्ते गेटिंग ईवन हार्ट की जिन्होंने प्रॉब्लम उन्होंने वास्ते लीवर की जिन्होंने समस्या उन्होंने वास्ते लीवर की सफाई करता है जिन्होंने स्टोन पत्थरियां ज़्यादा बन दी उन्होंने वास्ते हाँ बहुत ज़्यादा इफेक्टिव हैगा हुण देखो ये दुध दुध का दुध हो गया तो दवाई दी दवाई होगी किहड़ा फार्मूला सब तो वधिया लग्या नुस्खा गोल्डन दुध का क्योंकि मैं लैना पेगा मैं गठिया पाया तो अज मैं उही शुरू करना पेगा हरनिया की प्रॉब्लम किन्ने टाइम दी 6-7 साल हो गए 6-7 साल दी प्रॉब्लम जिहड़ी तुहाडी ओह 15 दिनां च कंट्रोल होनी या ठीक होण वाले पासे नूं पै गई है थोड़ा जिहा फर्क हैगा ਦੀ ਵੀਡੀਓ ਤੋਂ ਬਾਅਦ ਅੰਗਰੇਜ਼ ਨਾ ਜੀ ਜਿੱਥੇ ਬੈਠਦੇ ਸੀ ਉਹ ਬੈਠ ਤੇ ਪੈਰਾਂ ਹੇਠਾਂ ਮਿੱਟੀ ਲੈ ਕੇ ਬੈਠਣ ਲੱਗ ਗਏ ਮੈਨੂੰ ਫੋਨ ਆਇਆ ਅੱਛਾ ਮੇਰਾ ਮੂੰਹ ਬਹੁਤ ਪੱਕਾ ਸੀ 3-4 ਮਹੀਨੇ ਹੋ ਗਏ ਸੀ ਪੱਕਦਾ ਸੀ ਜੀ ਪੱਕਾ ਸਾਰਾ ਹੀ ਪੱਕ ਜਾਂਦਾ ਤੇ ਉਹ ਠੀਕ ਨਹੀਂ ਹੁੰਦਾ ਬਹੁਤ ਦਵਾਈਆਂ ਬਹੁਤ ਡਾਕਟਰ ਬਦਲੇ ਹੁਣ ਇਹਨਾਂ ਦੀ ਦਵਾਈ ਦੇ ਨਾਲ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਤੁਹਾਡੇ ਲਈ ਮਿੱਟੀ ਹੈ ਐਜ਼ ਏ ਨੈਚੁਰਲ ਸਾਇੰਸ ਰਿਸਰਚਰ ਮੇਰੇ ਲਈ ਇਹ ਹੱਡੀ ਆ ਤੁਹਾਡੇ ਹੱਡੀ ਦੇ ਜਿੰਨੇ ਵੀ ਫਾਲਟ ਹੈ ਇਹਨੇ ਠੀਕ ਕਰਨੇ ਤੁਹਾਡੇ ਜੁਆਇੰਟ ਦੇ ਜਿੰਨੇ ਵੀ ਫਾਲਟ ਹੈ ਇਹਨੇ ਹੀਲ ਕਰਨੇ ਤੁਹਾਡੀ ਹਿੱਪ ਦੀ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਪ੍ਰੋਬਲਮ ਅਗਰ ਚੰਦਰਮਾ ਅਤੇ ਸੂਰਜ ਤੁਸੀਂ ਆਪਣੀ ਆਪਣੀ ਬੋਤਲ 'ਚ ਪੈਕ ਕਰਨਾ ਸਿੱਖ ਲਿਆ ਕੈਦ ਕਰਨਾ ਸਿੱਖ ਲਿਆ ਫਿਰ ਆ ਬੀ ਪੀ ਲੋ ਅਤੇ ਹਾਈ ਥਾਇਰਾਇਡ ਹਾਈਪੋ ਅਤੇ ਹਾਈਪਰ ਔਰ ਹਾਰਟਬੀਟ ਸਲੋ ਅਤੇ ਐਂਡ ਹਾਈਪਰ ਇਹ ਸਾਰਿਆਂ ਦੀਆਂ ਦਵਾਈਆਂ ਖਾਣ ਦੀ ਜ਼ਰੂਰਤ ਕਿਸੇ ਨੂੰ ਨਹੀਂ ਪਏਗੀ ਦੈਨ ਸੁਬਾਹ ਤੁਸੀਂ ਇਸ ਪਾਣੀ ਨੂੰ ਯੂਜ਼ ਕਰੋ ਈਵਨ ਅਸੀਂ ਜਿਹੜੀਆਂ ਫੀਮੇਲਜ਼ ਨੇ ਫਾਈਬਰਾਇਡ ਜਾਂ ਸਿਸਟ ਦੇ ਜਿਹੜੇ ਪੇਸ਼ੈਂਟ ਨੇ ਜਾਂ ਥਾਇਰਾਇਡ ਦੀ ਗੋਲੀ ਲੈ ਰਹੇ ਨੇ ਜਾਂ ਮੂਡ ਸਵਿੰਗ ਹੁੰਦੇ ਨੇ ਮੋਸਟਲੀ ਫੀਮੇਲ ਨੂੰ ਅਸੀਂ ਰਿਕਮੈਂਡ ਕਰਦੇ ਕਿ ਤੁਸੀਂ ਮੂਨ ਚਾਰਜਿੰਗ ਵਾਟਰ ਨਾਲ ਸਾਡੀ ਰੈਮਡੀਜ਼ ਨੂੰ ਕੰਟੀਨਿਊ ਕਰੋ ਛਾਤੀ 'ਤੇ ਬਲਗਮ ਜੰਮ ਜਾਂਦੀ ਹੈ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਖਾਂਸੀ ਨਹੀਂ ਠੀਕ ਹੁੰਦੀ 40 ਡਿਗਰੀ ਪਾਣੀ ਗਰਮ ਕਰੋ 20 ਮਿੰਟ ਲਈ ਦੋਨੇ ਹੱਥ ਵਿੱਚ ਡਬੋ ਦਿਓ ਤੁਹਾਨੂੰ ਇੰਸਟੈਂਟ ਰਿਜ਼ਲਟ ਮਿਲੇਗਾ ਅਤੇ ਇਨਹੇਲਰ ਲੈਂਦੇ ਨੇ ਜੀ ਫਿਰ ਛੁਟਕਾਰਾ ਹੋਏਗਾ ਉਹਨਾਂ ਦਾ ਡੈਫੀਨੇਟਲੀ ਉਹਨਾਂ ਲਈ ਐਮਰਜੈਂਸੀ ਡੋਜ਼ ਹੈ 29 ਤਰੀਕ ਨੂੰ ਤੁਸੀਂ ਕੈਂਪ ਕਰ ਰਹੇ ਹੋ ਇੱਥੇ ਜੀ ਜੀ 29 ਅਕਤੂਬਰ 29 ਤਰੀਕ ਨੂੰ ਹੀ ਕਰ ਰਹੇ ਹੈਗੇ ਆ ਜਿਹੜੇ ਲੋਕ ਇੱਥੇ ਹਿੱਸਾ ਬਣ ਸਕਦੇ ਨੇ ਕੈਂਪ ਦਾ ਉਹ ਲੋਕ ਜਿਹੜੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ ਉਹ ਵੀ ਉਹ ਲੋਕ ਜਿਹੜੇ ਆਲਰੇਡੀ ਵੱਖਰੀਆਂ ਵੱਖਰੀਆਂ ਬਿਮਾਰੀਆਂ 'ਚ ਫਸ ਗਏ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਡਾਕਟਰ ਭੁੱਲਰ ਹੋਰਾ ਕੋਲ ਉਹਨਾਂ ਦੇ ਹਸਪੀਟਲ ਬਠਿੰਡਾ ਦੇ ਵਿੱਚ ਜਿੱਥੇ ਗੇਟ ਦੇ ਉੱਤੇ ਬੜੀ ਜ਼ਬਰਦਸਤ ਕੋਟੇਸ਼ਨ ਹੈ ਜਿਹੜੀ ਉਹ ਲਿਖੀ ਹੋਈ ਹੈ ਲਿਖਿਆ ਹੋਇਆ ਹੈ ਕਿ ਤੰਦਰੁਸਤੀ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਵਾਕਈ ਜਿਹੜਾ ਇਹ ਚੀਜ਼ ਹੈਗੀ ਹੈ ਇੱਥੇ ਕਿਸ ਤਰੀਕੇ ਨਾਲ ਡਾਕਟਰ ਭੁੱਲਰ ਅੰਜਾਮ 'ਚ ਲੈ ਕੇ ਆਉਂਦੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਤੁਹਾਡੇ ਘਰ ਦਾ ਤੰਦਰੁਸਤ ਰੱਖਣ ਵਾਲਾ ਡਾਕਟਰ ਬਣਾਉਣਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਅਸੀਂ ਕਹਿ ਲਈਏ ਕਿ ਨੁਸਖੇ ਟੋਟਕੇ ਡਾਕਟਰ ਭੁੱਲਰ ਹੋਰਾਂ ਵੱਲੋਂ ਆਪਣੇ ਕੈਂਪਾਂ ਦੇ ਵਿੱਚ ਖਾਸ ਕਰਕੇ ਜਿੱਥੇ ਜਿੱਥੇ ਉਹ ਜਾਂਦੇ ਨੇ ਉੱਥੇ ਜਿਹੜੇ ਆਮ ਲੋਕਾਂ ਨੂੰ ਮੁਹੱਈਆ ਕਰਵਾਏ ਜਾਂਦੇ ਨੇ ਇਸ ਵੇਲੇ ਅਸੀਂ ਸ਼ਹਿਰ ਬਠਿੰਡੇ ਦੇ ਗਣਪਤੀ ਇਨਕਲੇਵ ਦੇ ਵਿੱਚ ਹਾਂ ਜਿੱਥੇ ਡਾਕਟਰ ਭੁੱਲਰ ਹੋਰਾਂ ਦਾ ਕਲੀਨਿਕ ਹੈ ਹਮੇਸ਼ਾ ਦੀ ਤਰ੍ਹਾਂ ਡਾਕਟਰ ਨਾਗੀ ਇੱਥੇ ਵੀ ਜਿਹੜੇ ਵੀ ਮਰੀਜ਼ ਆਏ ਹੋਏ ਨੇ ਉਹਨਾਂ ਨੂੰ ਕੰਸਲਟ ਕਰਦੇ ਨੇ ਉਹਨਾਂ ਨੂੰ ਕੌਂਸਲਿੰਗ ਹੈ ਜਿਹੜੀ ਨਾਗੀ ਸਾਹਿਬ ਕੀ ਸਮਝਾ ਰਹੇ ਹੋ ਮੈਂ ਅੱਜ ਜੀ ਵਾਤ ਪਿੱਤ ਕਫ ਦੇ ਵਿੱਚ ਪਾਣੀ ਕਿੱਦਾਂ ਕਿੱਦਾਂ ਪੀਣਾ ਉਹਦੇ ਨਿਯਮ ਸਮਝਾ ਰਹੇ ਹਾਂ ਆਪਾਂ ਪਾਣੀ ਦੇ ਅਸੀਂ ਡੇਕ ਲਾਈ ਦੇ ਪੀ ਜਾਂਦੇ ਹਾਂ ਪਾਣੀ ਕਿਵੇਂ ਪੀਣਾ ਨਹੀਂ ਜੀ ਨਹੀਂ ਨਹੀਂ ਇਹ ਦੇਖੋ ਉਹੀ ਚੱਕਰ ਹੈ ਨਾ ਕਿ ਪਾਣੀ ਤਾਂ ਅਸੀਂ ਸਾਰੇ ਪੀਂਦੇ ਹਾਂ ਪਰ ਜੇ ਕਿਤੇ ਪਾਣੀ ਪੀਣ ਦਾ ਨਿਯਮ ਸਾਨੂੰ ਆ ਜਾਵੇ ਤੇ ਅਸੀਂ ਆਪਣੀ ਬਾਡੀ ਨੂੰ ਕਾਫੀ ਹੱਦ ਤੱਕ ਬੈਲੈਂਸ ਪਾਣੀ ਪੀਣ ਦਾ ਨਿਯਮ ਸਾਰਿਆਂ ਨੂੰ ਪਤਾ ਹੈ ਫ੍ਰਿਜ ਖੋਲਿਆ ਉੱਪਰ ਨੂੰ ਮੂੰਹ ਕੀਤਾ
ਤੇ ਬੋਤਲ ਅੰਦਰ ਪਾਣੀ ਪੀਤਾ ਗਿਆ ਜੀ। ਆਹੀ ਤਾਂ ਚੱਕਰ ਹੈ ਨਾ, ਇੱਥੇ ਕੁਦਰਤੀ ਨਿਯਮ ਟੁੱਟ ਜਾਂਦਾ। ਹੁਣ ਦੇਖੋ ਅਸੀਂ ਪਾਣੀ ਠੰਡਾ ਪੀਂਦੇ ਹਾਂ, ਹੁਣ ਫਰਿੱਜ ਦਾ ਜਿਹੜਾ ਠੰਡਾ ਪਾਣੀ ਉਹ ਮਾਈਨਸ ਡਿਗਰੀ ਦੇ ਵਿੱਚ ਆ ਜਾਂਦਾ, ਪਰ ਅਸੀਂ ਨੈਚੁਰਲ ਸਾਨੂੰ ਜਿਹੜੀ ਹੁੰਦੀ ਤਸੀਰ ਠੰਡੇ ਵਾਲੀ ਜਿਹੜੀ ਹੁਣ ਚਾਹੀਦੀ ਹੈ ਕਿ ਅਸੀਂ ਪਾਣੀ ਦੇਖੋ ਅੱਜ ਸਮੱਸਿਆ ਕਿੱਥੇ ਆ ਰਹੀ, ਹਰੇਕ ਥਾਂ 'ਤੇ ਕੁਦਰਤੀ ਨਿਯਮ ਟੁੱਟ ਰਿਹਾ। ਅਤੇ ਅੱਜ ਆਪਾਂ ਬਠਿੰਡਾ ਦੇ ਵਿੱਚ ਜਿਹੜਾ ਸੈਸ਼ਨ ਲਾ ਰਹੇ ਇਹਦੇ 'ਚ ਇੱਕੋ ਚੀਜ਼ ਕੁਛ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਕੁਦਰਤ ਨਾਲ ਦੋਸਤੀ ਪਾ ਕੇ ਅਤੇ ਕੁਦਰਤੀ ਨਿਯਮਾਂ ਨੂੰ ਫੋਲੋ ਕਰੋ। ਹੁਣ ਜਿਹਨੂੰ ਵਾਤ ਪਿੱਤ ਕਫ ਦੇ ਵਿੱਚ ਵਾਤ ਦੇ ਮਤਲਬ ਜਿਹਨੂੰ ਦਰਦਾਂ ਵੱਧ ਰਹੀਆਂ ਵਾਈ ਦੇ ਰਹੋ, ਪਿੱਤ ਦੇ ਵਿੱਚ ਜਿਹਦਾ ਐਸਿਡ ਬਹੁਤ ਜ਼ਿਆਦਾ ਵੱਧ ਰਿਹਾ, ਕਫ ਦੇ ਵਿੱਚ ਜਿਹਦਾ ਰੇਸ਼ਾ ਬਹੁਤ, ਹੁਣ ਸਰਦੀ ਆ ਗਈ ਹੈ, ਹੁਣ ਕਫ ਸੰਬੰਧੀ ਰੇਸ਼ਾ ਚੈਸਟ ਜਾਮ ਹੋਣੀ ਹੈ। ਹੁਣ ਇਹਦੇ ਵਿੱਚ ਜੇ ਅੱਜ ਇਹਨਾਂ ਨੂੰ ਪਾਣੀ ਪੀਣ ਦਾ ਨਿਯਮ ਸਮਝਾ ਦਿੱਤਾ ਜਾਊਗਾ, ਇਹਦੇ ਵਿੱਚ ਆਪ ਤੋਂ ਪਾਣੀ ਪੀਣਗੇ ਵੀ ਇਹਨੇ ਆਪਣੇ ਬੱਚਿਆਂ ਨੂੰ ਵੀ ਪਿਲਾਉਣਗੇ, ਜਿਹਦੇ ਨਾਲ ਇਹਨਾਂ ਨੂੰ ਉਸ ਰੋਗ ਤੋਂ ਬਾਹਰ ਆਉਣਾ ਸੌਖਾ ਹੋ ਜਾਏ। ਇੱਥੇ ਤੁਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ, ਇਹ ਕੀ ਚੀਜ਼ ਹੈ ਜੀ? ਇਹ ਫਿਰ ਅੱਜ ਆਪਾਂ ਜਿਵੇਂ ਕੈਂਪ ਆਪਣੇ ਲੱਗਦੇ ਆ, ਔਰ ਇਹਦੇ ਵਿੱਚ ਆਪਾਂ ਨੈਕਸਟ ਆਪਾਂ ਡਾਕਟਰ ਸਾਹਿਬ ਨੂੰ ਇਨਵਾਈਟ ਕਰਨੇ ਆ ਛੇਤੀ ਇੱਥੇ। ਡਾਕਟਰ ਸਾਹਿਬ ਹੈਗੇ ਜੀ? ਹਾਂਜੀ ਹਾਂਜੀ, ਡਾਕਟਰ ਸਾਹਿਬ ਇੱਥੇ ਆਉਣਗੇ ਅੱਜ, ਇੱਥੇ ਆਉਣਗੇ। ਬਿਲਕੁਲ ਜੀ ਬਿਲਕੁਲ, ਅੱਜ ਵਿਸਤਾਰ 'ਚ ਦੱਸਣਗੇ ਸਾਰਾ, ਕਿਉਂਕਿ ਕੈਂਪ ਦੇ ਵਿੱਚ ਆਪਾਂ ਇਹ ਚੀਜ਼ਾਂ ਜਿਹੜੀਆਂ ਲਾ ਰਹੇ, ਕੈਂਪ 'ਚ ਆਪਾਂ ਕਿਵੇਂ ਟ੍ਰੀਟਮੈਂਟ ਦਿੰਦੇ ਹਾਂ, ਇਲਾਜ ਆਪਾਂ ਕੈਂਪ ਦੇ ਵਿੱਚ ਕਿਵੇਂ ਕਰਦੇ, ਉਹ ਸਾਰਾ ਡਾਕਟਰ ਸਾਹਿਬ ਵਿਸਤਾਰ 'ਚ ਆ ਕੇ ਦੱਸਣਗੇ ਬਹੁਤ ਛੇਤੀ। ਸੋ ਇਹ ਤਸਵੀਰਾਂ ਦੇਖੋ ਤੁਸੀਂ ਇਸ ਵੇਲੇ, ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਮੈਗਨੀਸ਼ੀਅਮ ਨੋਜ਼ ਥੈਰੇਪੀ ਰੱਖੀ ਹੈ, ਔਰ ਇੱਥੇ ਇਹ ਅਸੀਂ ਕਹਿ ਰਹੇ ਮੂਨ ਚਾਰਜ ਵਾਟਰ ਦੇ। ਸੋ ਇਹ ਦੇਖੋ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ। ਡਾਕਟਰ ਭੁੱਲਰ ਹੋਣਾ ਦਾ, ਡਾਕਟਰ ਨਾਗੀ ਹੋਣਾ ਦਾ ਕਹਿਣਾ ਕਿ ਡਾਕਟਰ ਭੁੱਲਰ ਸਾਹਿਬ ਹਜੇ ਆ ਰਹੇ ਨੇ ਇੱਥੇ, ਉਦੋਂ ਤੱਕ ਅਸੀਂ ਮਰੀਜ਼ ਹੈਗੇ ਨੇ ਜਿਹੜੇ ਇੱਥੇ ਆਏ, ਉਹਨਾਂ ਨਾਲ ਅਸੀਂ ਗੱਲਬਾਤ ਕਰ ਲਈ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ? ਠੀਕ ਠਾਕ। ਜੇ ਠੀਕ ਹੋ ਫਿਰ ਇੱਥੇ ਕੀ ਕਰਨ ਆਏ ਹੋ? ਜੀ ਹੁਣ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ, ਅੱਗੇ ਨੂੰ ਠੀਕ ਹੈ। ਅੱਛਾ, ਅੱਗੇ ਤੋਂ ਠੀਕ ਹੋ, ਪਹਿਲਾਂ ਪ੍ਰੋਬਲਮ ਸੀ? ਕੀ ਪ੍ਰੋਬਲਮ ਸੀ? ਬੜੀਆਂ ਪ੍ਰੋਬਲਮ ਆ। ਕਿਹੜੀਆਂ ਕਿਹੜੀਆਂ ਸੀ? ਡਿਪਰੈਸ਼ਨ, ਗੋਡਿਆਂ ਦੀ ਦਰਦ, ਚੂਹੀ ਦੀ ਦਰਦ, ਥਾਇਰਾਇਡ। ਅੱਛਾ, ਮਗਰ ਫਿਰ ਮੈਨੂੰ ਲੱਗਦਾ ਤੁਸੀਂ ਤਾਂ ਡਾਕਟਰ ਬਣ ਗਏ ਹੋਗੇ, ਇੱਕੋ ਸਾਹ 'ਚ ਇੰਨੀਆਂ ਬਿਮਾਰੀਆਂ ਕਿਨਾਂ? ਨਹੀਂ ਜੀ ਡਾਕਟਰ ਸਾਹਿਬ, ਨਹੀਂ ਮੈਂ ਤੁਹਾਨੂੰ ਲੱਗੇ ਡਾਕਟਰ ਗੁਰਮੇਲ ਦੇ ਵੀ ਮਿਲੀ। ਅੱਛਾ ਅੱਛਾ ਅੱਛਾ, ਅਤੇ ਕੀ ਕੀ ਫਾਇਦਾ ਹੋਇਆ ਇੱਥੇ ਆਉਣ ਤੋਂ ਬਾਅਦ ਤੁਹਾਨੂੰ? ਸਭ ਤੋਂ ਵੱਧ ਫਾਇਦਾ ਕਿਹੜੀ ਬਿਮਾਰੀ 'ਚ ਹੋਇਆ? ਅਜੇ ਜੀ ਮੈਨੂੰ ਨਾ 15-20 ਦਿਨ ਹੀ ਹੋਏ ਆ ਦਵਾਈ ਲੈਂਦੀ ਨੂੰ, ਵੈਸੇ ਮੈਨੂੰ ਐਂ ਲੱਗਦਾ ਵੀ ਮੈਨੂੰ ਫਾਇਦਾ ਆਊਗਾ। ਮੇਰਾ ਮੂੰਹ ਬਹੁਤ ਪੱਕਾ ਸੀ, 3-4 ਮਹੀਨੇ ਹੋ ਗਏ ਸੀ। ਪੱਕਦਾ ਸੀ? ਪੱਕਾ, ਸਾਰਾ ਹੀ ਪੱਕ ਜਾਂਦਾ ਸੀ, ਅਤੇ ਉਹ ਠੀਕ ਨਹੀਂ ਹੁੰਦਾ, ਬਹੁਤ ਦਵਾਈਆਂ ਬਹੁਤ ਡਾਕਟਰ ਬਦਲੇ, ਹੁਣ ਇਹਨਾਂ ਦੀ ਦਵਾਈ ਦੇ ਨਾਲ ਉਹ ਠੀਕ ਹੋਣਾ ਸ਼ੁਰੂ ਹੋ ਗਿਆ। ਆਪਾਂ ਬੜੀ ਸੀ ਬੇਸਬਰੀ ਨਾਲ ਜਿਹਨਾਂ ਦਾ ਇੰਤਜ਼ਾਰ ਕਰ ਰਹੇ ਸੀ 21ਵੀਂ ਸਦੀ ਦੀ ਉਹ ਕ੍ਰਾਂਤੀਕਾਰੀ ਸੋਚ, ਜਿਨ੍ਹਾਂ ਨੇ ਆਪਣੇ ਵਿਚਾਰਧਾਰਾ ਦੇ ਨਾਲ ਅੱਜ ਕਾਫੀ ਪਰਿਵਾਰਾਂ 'ਚ ਬਦਲਾਵ ਲੈ ਕੇ ਆਉਂਦਾ, ਉਹਨੇ ਸੋਚ ਬਦਲਾਵ ਕੀਤਾ, ਪਹਿਲਾਂ ਸੁੱਖ ਨਿਰੋਗੀ ਕਾਇਆ ਦੇ ਉੱਤੇ ਕੰਮ ਕਰਦੇ ਪਏ। ਆਪ ਸਭ ਦੀ ਜ਼ੋਰਦਾਰ ਕਲੈਪਿੰਗ ਦੇ ਕਮਾਂ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ, ਜ਼ੋਰਦਾਰ ਕਲੈਪਿੰਗ। ਸੋ ਡਾਕਟਰ ਵਰਿੰਦਰ ਸਿੰਘ ਭੁੱਲਰ ਇੱਕ ਵਾਰ ਫਿਰ ਇੱਥੇ ਜਿਹੜਾ ਲੋਕਾਂ ਦੇ ਰੂਬਰੂ ਹੋ ਰਹੇ ਨੇ, ਅੱਜ ਉਹਨਾਂ ਨੂੰ ਟ੍ਰੇਨਿੰਗ ਹੈਗੀ ਹੈ। ਡਾਕਟਰ ਸਾਹਿਬ ਸਾਡੇ ਨਾਲ ਆ ਗਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਹ ਤੁਸੀਂ ਬੜਾ ਟੇਬਲ ਇੱਥੇ ਸਜਾਇਆ ਜੀ, ਕੀ ਦੱਸਣ ਵਾਲੇ ਹੋ ਇੱਥੇ? ਤੁਸੀਂ ਚੰਨ ਦੇ ਵਿੱਚ ਚਾਰਜ ਕੀਤਾ ਹੋਇਆ ਸੀ, ਸੂਰਜ ਦੇ ਨਾਲ ਚਾਰਜ ਕੀਤਾ ਹੋਇਆ ਪਾਣੀ ਤਾਂ ਦੇਖਿਆ, ਅਤੇ ਅੱਜ ਤੁਸੀਂ ਚੰਨ ਦੇ ਨਾਲ ਚਾਰਜ ਕੀਤਾ ਪਾਣੀ ਵੀ ਰੱਖਿਆ, ਔਰ ਅਸੀਂ ਗਾਵਾਂ ਦਾ ਮੱਝਾਂ ਦਾ ਦੁੱਧ ਤਾਂ ਪੀਤੇ, ਅਤੇ ਤੁਸੀਂ ਇਹ ਅੱਜ ਖੋਪੇ ਦਾ ਜਿਹੜਾ ਦੁੱਧ ਕੱਢ ਰੱਖਿਆ, ਇਹ ਕਿਵੇਂ ਕੱਢਿਆ ਜੀ? ਖੋਪੇ ਨੂੰ ਵੀ ਚੋਣਾ ਪੈਂਦਾ? ਦੇਖੋ ਦੇਖੋ ਬੋਤਲ 'ਚ ਪਹਿਲਾਂ ਆਪਾਂ ਸੁਣਦੇ ਬੋਤਲ 'ਚ ਜਿੰਨ ਕੈਦ ਹੋ ਜਾਂਦਾ ਹੈ ਨਾ, ਕੋਈ ਭੂਤਾਂ ਨੂੰ ਕੈਦ ਕਰ ਲੈਂਦਾ, ਤਾਂ ਅਸੀਂ ਬੋਤਲ 'ਚ ਚੰਦਰਮਾ ਕਿਵੇਂ ਕੈਦ ਕਰਨਾ, ਸੂਰਜ ਕਿਵੇਂ ਕੈਦ ਕਰਨਾ, ਉਹ ਸਿਖਾਉਣ ਜਾ ਰਹੇ ਆਪਾਂ ਹੁਣ ਹਰ ਘਰ ਦੇ ਮੁਖੀਏ ਨੂੰ, ਹਰ ਘਰ ਦੀ ਗ੍ਰਹਿਣੀ ਨੂੰ। ਅਗਰ ਚੰਦਰਮਾ ਅਤੇ ਸੂਰਜ ਤੁਸੀਂ ਆਪਣੀ ਆਪਣੀ ਬੋਤਲ 'ਚ ਪੈਕ ਕਰਨਾ ਸਿੱਖ ਲਿਆ, ਕੈਦ ਕਰਨਾ ਸਿੱਖ ਲਿਆ, ਫਿਰ ਆ BP ਲੋ ਅਤੇ ਹਾਈ, ਥਾਇਰਾਇਡ ਹਾਈਪੋ ਅਤੇ ਹਾਈਪਰ, ਔਰ ਹਾਰਟਬੀਟ ਸਲੋ ਅਤੇ ਐਂਡ ਹਾਈਪਰ, ਇਹ ਸਾਰਿਆਂ ਦੀਆਂ ਦਵਾਈਆਂ ਖਾਣ ਦੀ ਜ਼ਰੂਰਤ ਕਿਸੇ ਨੂੰ ਨਹੀਂ ਪਏਗੀ। ਸੋ ਖਾਸ ਕਰਕੇ ਇਹਦਾ ਬਹੁਤ ਵੱਡਾ ਸੰਬੰਧ ਫੀਮੇਲ ਦੇ ਨਾਲ ਹੈ, ਮਾਤਾਵਾਂ ਦੇ ਨਾਲ ਹੈ, ਭੈਣਾਂ ਦੀ ਹੈਲਥ ਦੇ ਨਾਲ ਹੈ ਗੈਟਿੰਗ, ਤਾਂ ਉਹ ਸਾਰੀ ਚੀਜ਼ ਜਿਹੜੀ ਕਿ ਆਪਾਂ ਹੁਣ ਕੈਂਪ ਜਿਹੜਾ ਲਗਾਉਣ ਜਾ ਰਹੇ ਹਾਂ ਉਹਦੇ ਵਿੱਚ ਉਹਨੂੰ ਉਹਦੇ ਪ੍ਰਤੀ ਹੋਰ ਅਵੇਅਰ ਵੀ ਕਰਾਂਗੇ, ਅਤੇ ਉਹਦੇ ਨਾਲ ਡਾਇਗਨੋਸ ਕਰਨ ਤੋਂ ਬਾਅਦ ਉਹਦੇ ਨਾਲ ਉਹਦੇ ਟ੍ਰੀਟਮੈਂਟ ਵੀ ਆਪਾਂ ਮੁਹੱਈਆ ਕਰਵਾਵਾਂਗੇ। ਕੋਈ ਖਾਸ ਕੈਂਪ ਲਗਾ ਰਹੇ ਹੋ ਤੁਸੀਂ ਜੀ? ਕੈਂਪ ਤਾਂ ਤੁਸੀਂ ਲਗਾਉਂਦੇ ਹੋ ਆਲਰੇਡੀ, ਨੈਚੁਰਲ ਸਾਇੰਸ ਦਾ ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਕੈਂਪ ਔਰਗਨਾਈਜ਼ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ। ਹੁੰਦਾ ਕੀ ਹੈ ਕਿ ਅਸੀਂ ਲੋਕ ਇੱਧਰ ਨੂੰ ਆਉਣਾ ਚਾਹੁੰਦੇ ਹਾਂ, ਠੀਕ ਹੈ, ਲੇਕਿਨ ਅਲੱਗ ਅਲੱਗ ਤਰ੍ਹਾਂ ਦੇ ਚੀਜ਼ਾਂ, ਅਲੱਗ ਅਲੱਗ ਤਰੀਕੇ ਦੇ ਮੈਸੇਜ ਪਹੁੰਚੇ ਹੁੰਦੇ ਆ, ਤਾਂ ਕੁਛ ਲੋਕ ਰੀਚ ਕਰ ਪਾਉਂਦੇ ਆ, ਕੁਛ ਨਹੀਂ ਰੀਚ ਕਰ ਪਾਉਂਦੇ, ਤਾਂ ਫਰੀ ਆਫ ਕੋਸਟ ਇੱਕ ਦਵਾਈਆਂ ਦਾ ਲੰਗਰ ਜਿਹੜਾ ਆਪਾਂ ਹਰ ਮਹੀਨੇ ਲਗਾਉਂਦੇ ਹਾਂ, ਤਾਂ ਇਸ ਵਾਰੀ ਅਸੀਂ ਸੋਚਿਆ ਕਿ ਉਹਨਾਂ ਮਾਲਵੇ ਦੀ ਧਰਤੀ 'ਤੇ ਇਹਦੀ ਸ਼ੁਰੂਆਤ ਕੀਤੀ ਜਾਵੇ। ਤੁਸੀਂ ਇਸ ਹਸਪੀਟਲ ਦੇ ਵਿੱਚ ਲਗਾ ਰਹੇ ਹੋ, ਇਸ ਕਲੀਨਿਕ ਦੇ ਵਿੱਚ
ਜੀ ਜੀ ਇੱਥੇ ਬਠਿੰਡਾ ਦੇ ਅਸੀਂ ਹਸਪਤਾਲ 'ਚ ਆਪਾਂ ਲਗਾਉਣ ਜਾ ਰਹੇ ਸੀ ਰਿਸਰਚ ਸੈਂਟਰ ਦੇ ਵਿੱਚ ਆਪਾਂ ਆਪ ਕੈਂਪ ਨੂੰ ਔਰਗਨਾਈਜ਼ ਕਰ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਉਹਦੇ ਵਿੱਚ ਸਿਖਾਉਣੀਆਂ ਨੇ ਜਿਹੜੇ ਲੋਕ ਉਸ ਚੀਜ਼ ਦਾ ਸ਼ਿਰਕਤ ਕਰਨਗੇ ਜਿਹੜੇ ਇੱਥੇ ਆ ਕੇ ਬਹੁਤ ਸਾਰੇ ਤਾਂ ਨੁਸਖੇ ਟੋਟ ਕੇ ਲੈ ਕੇ ਠੀਕ ਹੋ ਜਾਂਦੇ ਨੇ ਡਾਕਟਰ ਸਾਹਿਬ ਮੈਨੂੰ ਬੜੇ ਧੰਨਵਾਦੀ ਫੋਨ ਆਉਂਦੇ ਨੇ ਕਿ ਅਸੀਂ ਨਮਕ ਲੈਣਾ ਸ਼ੁਰੂ ਕੀਤਾ ਸੀ ਜੀਵ ਦੇ ਉੱਤੇ ਅਤੇ ਸਾਡਾ BP ਠੀਕ ਹੋ ਗਿਆ ਸਾਡਾ BP ਘੱਟਦਾ ਸੀ ਅਤੇ ਸਾਡਾ BP ਕੋਈ ਕਹਿੰਦਾ ਸੀ ਵੱਧਦਾ ਸੀ ਇਹ ਸਾਰੇ ਟੋਟਕੇ ਉਹੀ ਨੇ ਜਿਹੜੇ ਫਿਰ ਲੋਕਾਂ ਨੂੰ ਤੁਸੀਂ ਇੱਥੇ ਦੱਸਦੇ ਹੋ ਜੀ ਬਿਲਕੁਲ ਇਹ ਵੀ ਉਹੀ ਨੇ ਔਰ ਵੱਡੀ ਚੀਜ਼ ਕੀ ਹੈਗੀ ਆ ਕਿ ਕੈਂਪ ਦੇ ਅੰਦਰ ਜਿਹੜਾ ਅਸੀਂ ਐਜੂਕੇਸ਼ਨ ਇੱਕ ਸਮਾਂ ਲਗਾਉਂਦੇ ਹਾਂ ਐਜੂਕੇਸ਼ਨ ਦੇ ਉੱਪਰ ਇੱਕ ਪ੍ਰੋਗਰਾਮਿੰਗ ਕਰਦੇ ਹਾਂ ਬੜੀ ਠੇਠ ਲੈਂਗੁਏਜ ਭਾਸ਼ਾ ਦੇ ਵਿੱਚ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਹੈਲਥ ਨੂੰ ਸਿੰਪਲ ਕਰਕੇ ਜਦੋਂ ਅਸੀਂ ਡਿਲੀਵਰ ਕਰਦੇ ਨੇ ਇੱਕ ਲੇਮੈਨ ਨੂੰ ਇੱਕ ਪਿੰਡ ਦੇ ਬੰਦੇ ਨੂੰ ਇੱਕ ਮਾਤਾ ਨੂੰ ਇੱਕ ਬੇਬੇ ਨੂੰ ਜੋ ਗੱਲ ਸਮਝ ਆਉਂਦੀ ਹੈ ਇੱਕ ਬਾਪੂ ਨੂੰ ਗੱਲ ਸਮਝ ਆਉਂਦੀ ਹੈ ਜਦੋਂ ਉਹ ਉਸ ਚੀਜ਼ ਦਾ ਇੰਪਲੀਮੈਂਟ ਕਰਦਾ ਫਿਰ ਅਸੀਂ ਸਮਝਦੇ ਵੀ ਸਾਡਾ ਜਿਹੜਾ ਕਰਮ ਹੈ ਇਹ ਸਫਲ ਹੋ ਰਿਹਾ ਕੈਟਿੰਗ ਤਾਂ ਉਹ ਉਹਦੇ ਨਾਲ ਉਹਨਾਂ ਦੇ ਅੰਦਰ ਇੱਕ ਭਾਵਨਾ ਇੱਕ ਪੋਜ਼ਿਟਿਵ ਐਟੀਟਿਊਡ ਕ੍ਰੀਏਟ ਹੁੰਦਾ ਹੈ ਵੀ ਹਾਂ ਮੈਂ ਵੀ ਠੀਕ ਹੋ ਸਕਦਾ ਕੈਟਿੰਗ ਤਾਂ ਇਹ ਉਹ ਕਿਉਂਕਿ ਹੁਣ ਤੱਕ ਸਾਰਿਆਂ ਦਾ ਫੇਥ ਹੈ ਨਾ ਜਿਹੜਾ ਉਹ ਜਾਂ ਤਾਂ ਗੋਲੀ 'ਤੇ ਫਸਿਆ ਹੋਇਆ ਕੈਪਸੂਲ 'ਤੇ ਫਸਿਆ ਹੋਇਆ ਸਰਜਰੀਆਂ 'ਤੇ ਫਸਿਆ ਹੋਇਆ ਡਾਕਟਰਾਂ 'ਤੇ ਫਸਿਆ ਹੋਇਆ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦਾ ਉਹ ਕਹਿੰਦਾ ਡਾਕਟਰ ਸਾਹਿਬ 15 ਸਾਲ ਤੋਂ ਖਾ ਰਿਹਾ ਦਵਾਈ ਬਹੁਤ ਡਾਕਟਰ ਘੁੰਮ ਲਿਆ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਉਹ ਇੱਕੋ ਪੈਥੀ 'ਤੇ ਬਹੁਤ ਡਾਕਟਰ ਘੁੰਮ ਕੇ ਆਇਆ ਹੁੰਦਾ ਉਹਨੇ ਪੈਥੀ ਨਹੀਂ ਚੇਂਜ ਕੀਤੀ ਹੁੰਦੀ ਠੀਕ ਹੈ ਸੋ ਉਹਦੇ ਵਿੱਚ ਸਾਰੀ ਗੜਬੜੀ ਹੋਈ ਹੁੰਦੀ ਹੈ ਸੋ ਨੈਚੁਰਲ ਸਾਇੰਸ ਆਪਣੇ ਆਪ 'ਚ ਇੱਕ ਬ੍ਰਹਿਮੰਡ ਦੀ ਸਾਇੰਸ ਹੈ ਠੀਕ ਹੈ ਸਾਡਾ ਪੂਰੇ ਦਾ ਪੂਰਾ ਸਰੀਰ ਬ੍ਰਹਿਮੰਡ ਨਾਲ ਜੁੜਿਆ ਹੋਇਆ ਠੀਕ ਹੈ ਜੇ ਅਸੀਂ ਬ੍ਰਹਿਮੰਡ ਨਾਲ ਨਾ ਜੁੜੇ ਹੋਈਏ ਤਾਂ ਸੂਰਜ ਛਿਪਣ ਤੋਂ ਬਾਅਦ ਨਾ ਤਾਂ ਤੁਹਾਨੂੰ ਭੁੱਖ ਲੱਗੇ ਸਾਰਿਆਂ ਨੂੰ ਲੱਗਦੀ ਹੈ ਉਹ ਸਾਰਿਆਂ ਨੂੰ ਕਿਉਂ ਲੱਗਦੀ ਹੈ ਸੂਰਜ ਛਿਪਣ ਤੋਂ ਬਾਅਦ ਸਾਰਿਆਂ ਨੂੰ ਨੀਂਦ ਆਉਂਦੀ ਹੈ ਫਿਰ ਰਾਤ ਨੂੰ ਕਿਉਂ ਆਉਂਦੀ ਹੈ ਕਿਉਂਕਿ ਅਸੀਂ ਸਾਰੇ ਬ੍ਰਹਿਮੰਡ ਦੇ ਸਿਗਨਲ ਨਾਲ ਜੁੜੇ ਹੋਏ ਹਾਂ ਠੀਕ ਹੈ ਸਾਨੂੰ ਸੂਰਜ ਚੜ੍ਹਨ ਤੋਂ ਬਾਅਦ ਫਿਰ ਅੱਖ ਖੁੱਲ੍ਹਦੀ ਹੈ ਫਿਰ ਸਾਰਿਆਂ ਦੀ ਖੁੱਲ੍ਹਦੀ ਆ ਇਹ ਨਹੀਂ ਵੀ ਅੱਜ 700 ਕਰੋੜ ਦੀ ਆਬਾਦੀ ਆ ਵਿਸ਼ਵ 'ਤੇ 700 ਕਰੋੜ 'ਚ ਇਹ ਨਹੀਂ ਵੀ 300 ਕਰੋੜ ਅੱਜ ਸੁੱਤਾ ਹੀ ਰਹਿ ਗਿਆ ਠੀਕ ਹੈ ਜਿੱਥੇ ਸੂਰਜ ਨਿਕਲਿਆ ਜੇਕਰ ਮੈਂ ਕਹਿੰਦਾ 50% ਹਿੱਸੇ 'ਚ ਵੀ ਸੂਰਜ ਹੈਗਾ 50 'ਚ ਹਨੇਰਾ ਹੈ ਤਾਂ 300 ਕਰੋੜ ਦੇ ਵਿੱਚੋਂ ਇਹ ਨਹੀਂ ਹੈ ਕਿ ਅੱਜ 200 ਬੰਦਾ ਸੁੱਤਾ ਰਹੇਗਾ 100 ਕਰੋੜ ਹੀ ਜਿਹੜਾ ਜਾਗਦਾ ਸੀ 200 ਕਰੋੜ ਸੁੱਤਾ ਰਹੇਗਾ ਸੂਰਜ ਨਿਕਲ ਇਵੇਂ ਦਾ ਨਹੀਂ ਹੈਗਾ ਨਾ ਜਦੋਂ ਸੂਰਜ ਨਿਕਲ ਆਇਆ ਤੁਸੀਂ 100 ਕੇ ਦਿਖਾ ਦਿਓ ਮੈਨੂੰ ਕਿਸੇ ਦੀ ਅੱਖ ਨਹੀਂ ਲੱਗਣੀ ਕਿਉਂ ਅਸੀਂ ਬ੍ਰਹਿਮੰਡ ਨਾਲ ਜੁੜੇ ਹੋਏ ਹਾਂ ਉਹ ਜਿਹੜਾ ਬ੍ਰਹਿਮੰਡ ਨਾਲ ਸਾਡਾ ਲਿੰਕ ਹੈ ਰਿਲੇਸ਼ਨ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਇਹ ਸਾਰੇ ਲਿੰਕ ਨੇ ਜੀ ਫਿਰ ਬ੍ਰਹਿਮੰਡ ਨਾਲ ਬਿਲਕੁਲ ਸਾਰੇ ਲਿੰਕ ਹੈ ਇਹ ਬਿਲਕੁਲ ਸਾਰੇ ਲਿੰਕ ਕੀ ਸਿਖਾਉਣ ਵਾਲੇ ਹੋ ਪਹਿਲਾਂ ਸਾਨੂੰ ਥੋੜ੍ਹੇ ਜਿਹਾ ਤੁਸੀਂ ਇੱਥੇ ਸਾਨੂੰ ਸੰਖੇਪ ਜਿਹਾ ਦੱਸ ਦਿਓ ਅਤੇ ਜਿਹੜੇ ਲੋਕ 29 ਤਰੀਕ ਨੂੰ ਤੁਸੀਂ ਕੈਂਪ ਕਰ ਰਹੇ ਹੋ ਇੱਥੇ ਜੀ ਜੀ 29 ਅਕਤੂਬਰ 29 ਤਰੀਕ ਨੂੰ ਹੀ ਕਰ ਰਹੇ ਹੈਗੇ ਜਿਹੜੇ ਲੋਕ ਇੱਥੇ ਹਿੱਸਾ ਬਣ ਸਕਦੇ ਨੇ ਕੈਂਪ ਦਾ ਉਹ ਲੋਕ ਜਿਹੜੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ ਉਹ ਵੀ ਉਹ ਲੋਕ ਜਿਹੜੇ ਆਲਰੇਡੀ ਵੱਖਰੀਆਂ ਵੱਖਰੀਆਂ ਬਿਮਾਰੀਆਂ 'ਚ ਫਸ ਗਏ ਨੇ ਉਹ ਵੀ ਤਾਂ ਜੋ ਨੈਚੁਰਲ ਸਾਇੰਸ ਦੇਖੋ ਨੈਚੁਰਲ ਸਾਇੰਸ ਦੇ ਵਿੱਚ ਕੀ ਆ ਇਹਦੇ ਵਿੱਚ ਤੁਸੀਂ ਦੇਖੋ ਕਿ ਇਕੱਲਾ ਡਾਕਟਰ ਐਕਟ ਨਹੀਂ ਕਰਦਾ ਇਹਦੇ 'ਚ ਪੇਸ਼ੈਂਟ ਅਤੇ ਡਾਕਟਰ ਰਲ ਕੇ ਐਕਟ ਕਰਦੇ ਆ ਠੀਕ ਹੈ ਨੈਚੁਰਲ ਸਾਇੰਸ ਇਹ ਹੈ ਆਦਾਨ ਅਤੇ ਪ੍ਰਦਾਨ ਠੀਕ ਹੈ ਜਿਵੇਂ ਬ੍ਰਹਿਮੰਡ ਆਦਾਨ ਅਤੇ ਪ੍ਰਦਾਨ 'ਤੇ ਕੰਮ ਕਰ ਰਿਹਾ ਉਸੇ ਤਰ੍ਹਾਂ ਪੇਸ਼ੈਂਟ ਅਤੇ ਡਾਕਟਰ ਵੀ ਆਦਾਨ ਪ੍ਰਦਾਨ 'ਤੇ ਕੰਮ ਕਰਦੇ ਆ ਸਾਨੂੰ ਉਹਨਾਂ ਪ੍ਰੋਬਲਮਸ 'ਤੇ ਬਹੁਤ ਅੱਛੇ ਰਿਜ਼ਲਟ ਆਏ ਜਿੱਥੇ ਪੇਸ਼ੈਂਟ ਨੇ ਜ਼ਿੰਮੇਵਾਰੀ ਲਈ ਸਾਡਾ ਪੇਸ਼ੈਂਟ ਜ਼ਿੰਮੇਵਾਰੀ ਲੈ ਲੈਂਦਾ ਯੈਸ ਸਾਨੂੰ ਉਹਨਾਂ ਬਿਮਾਰੀਆਂ 'ਤੇ ਬਿਲਕੁਲ ਰਿਜ਼ਲਟ ਨਹੀਂ ਆਇਆ ਜਿੱਥੇ ਪੇਸ਼ੈਂਟ ਕਹਿੰਦਾ ਸੀ ਡਾਕਟਰ ਸਾਹਿਬ ਤੁਸੀਂ ਕਰਨਾ ਜੋ ਕਰਨਾ ਠੀਕ ਹੈ ਤਾਂ ਉਹ ਉਹਦੇ ਪਿੱਛੇ ਕਾਰਨ ਕੀ ਸੀ ਕਿ ਪੇਸ਼ੈਂਟ ਨੇ ਆਪਣੇ ਰੋਗ ਨੂੰ ਠੀਕ ਕਰਨ ਦਾ ਜਜ਼ਬਾ ਆਪਣੇ ਅੰਦਰ ਪੈਦਾ ਕਰ ਲਿਆ ਬਾਕੀ ਅੰਦਰ ਦੀ ਕੁਦਰਤ ਤੇ ਡਾਕਟਰ ਬਹੁਤ ਕੁਝ ਦਿੰਦਾ ਅੱਛਾ ਤੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਹੈ ਡਾਕਟਰ ਸਾਹਿਬ ਇਹ ਕਰ ਲੈਂਦੇ ਹਾਂ ਮੂਨ ਚਾਰਜ ਵਾਟਰ ਇਹ ਕਿਵੇਂ ਪਤਾ ਲੱਗੇ ਜੀ ਕਿ ਇਹ ਮੂਨ ਚਾਰਜ ਵਾਟਰ ਹੈ ਆਲਰੇਡੀ ਦੇਖੋ ਇਹ ਗਲਾਸ ਦੀ ਬੋਟਲ ਹੈ ਇਹਨੂੰ ਇਸ ਪਾਣੀ ਨੂੰ ਰਾਤ ਨੂੰ ਆਪਾਂ ਜਦੋਂ ਚੰਦਰਮਾ ਹੁੰਦਾ ਹੈ ਆਪਣੀ ਛੱਤ 'ਤੇ ਰੱਖ ਕੇ ਜਾਂ ਆਪਣੀ ਦੀਵਾਰ 'ਤੇ ਰੱਖ ਕੇ ਇਹਨੂੰ ਆਪਾਂ ਚਾਰਜ ਕਰਦੇ ਹਾਂ ਗੈਟਿੰਗ ਤਾਂ ਇਹ ਮੂਨ ਦੀ ਐਨਰਜੀ ਹੈ ਜਿਹੜੀ ਉਹਨੂੰ ਇਹ ਸਟੋਰ ਕਰ ਲੈਂਦੀ ਹੈ ਠੀਕ ਹੈ ਦੈਨ ਸੁਬਾਹ ਤੁਸੀਂ ਇਸ ਪਾਣੀ ਨੂੰ ਯੂਜ਼ ਕਰੋ ਈਵਨ ਅਸੀਂ ਜਿਹੜੀਆਂ ਫੀਮੇਲਜ਼ ਨੇ ਫਾਈਬਰਾਇਡ ਜਾਂ ਸਿਸਟ ਦੇ ਜਿਹੜੇ ਪੇਸ਼ੈਂਟ ਨੇ ਜਾਂ ਥਾਇਰਾਇਡ ਦੀ ਗੋਲੀ ਲੈ ਰਹੇ ਨੇ ਜਾਂ ਮੂਡ ਸਵਿੰਗ ਹੁੰਦੇ ਨੇ ਮੋਸਟਲੀ ਫੀਮੇਲ ਨੂੰ ਅਸੀਂ ਰਿਕਮੈਂਡ ਕਰਦੇ ਕਿ ਤੁਸੀਂ ਮੂਨ ਚਾਰਜਿੰਗ ਵਾਟਰ ਨਾਲ ਸਾਡੀ ਰੈਮਡੀਜ਼ ਨੂੰ ਕੰਟੀਨਿਊ ਕਰੋ ਰਿਜ਼ਲਟ ਅੱਛੇ ਆਉਂਦੇ ਨੇ ਠੀਕ ਹੈ ਔਰ ਜੋ ਮੂਨ ਦੀ ਐਨਰਜੀ ਹੈ ਉਹ ਜੋ ਉਹਨਾਂ ਦੇ ਗਲੈਂਡੂਲਰ ਸਿਸਟਮ 'ਤੇ ਹਾਰਮੋਨਲ ਸਿਸਟਮ 'ਤੇ ਰਸ ਤੰਤਰ 'ਤੇ ਜ਼ਿਆਦਾ ਉਹਦਾ ਇਫੈਕਟਿਵ ਵਰਕ ਹੁੰਦਾ ਹੈ ਮੂਨ ਦਾ ਚੰਦਰਮਾ ਦਾ ਔਰ ਇਹਦਾ ਲਿੰਕ ਹੈ ਪਹਿਲਾਂ ਆਪਾਂ ਓਪਨ ਏਰੀਆ 'ਚ ਸੌਂਦੇ ਸੀ ਠੀਕ ਹੈ ਤਾਂ ਉਦੋਂ ਇਹ ਸਾਇੰਸ ਬਾਈ ਡਿਫੋਲਟ ਲਾਗੂ ਹੋ ਜਾਂਦੀ ਸੀ ਨਹੀਂ ਵੀ ਪਤਾ ਸੀ ਤਾਂ ਵੀ ਕੰਮ ਕਰ ਰਹੀ ਸੀ ਹੁਣ ਅਸੀਂ ਸਾਰੇ ਕਵਰਡ ਏਰੀਆ 'ਚ ਚਲੇ ਗਏ ਕਾਲ ਕੋਠੜੀਆਂ 'ਚ ਚਲੇ ਗਏ ਅੰਦਰ ਠੀਕ ਹੈ
ਹੁਣ ਮੂਨ ਕਦੋਂ ਮੱਸਿਆ ਆਈ, ਕਦੋਂ ਪੁੰਨਿਆ ਆਈ, ਕਦੋਂ ਉਹਦਾ ਸਾਈਕਲ ਉਹ ਸੀ 10-15 ਦਿਨ ਦਾ ਦੇਖੇ ਦੇਖੇ ਨੂੰ ਜੀ ਮਹੀਨਾ ਹੋ ਜਾਂਦਾ ਵੀ ਜਦੋਂ ਸਰ ਅੱਜ ਦੀ ਜਨਰੇਸ਼ਨ ਨੂੰ ਉਹਦਾ ਸਾਈਕਲ ਹੀ ਨਹੀਂ ਪਤਾ। ਅੱਜ ਦੀ ਬੱਚੀਆਂ ਨੂੰ ਬੱਚੇ ਨੂੰ ਪੁੱਛ ਕੇ ਦੇਖ ਲਓ ਚੰਦਰਮਾ ਕਿੱਧਰੋਂ ਨਿਕਲਦਾ, ਕਿੱਧਰੋਂ ਜਾਂਦਾ, ਉਹ ਛੋਟਾ ਕਿੱਧਰ ਹੁੰਦਾ, ਵੱਡਾ ਕਿੱਧਰ ਹੁੰਦਾ, ਕਿਸੇ ਨੂੰ ਕੁਛ ਕੰਸਰਨ ਹੀ ਨਹੀਂ ਹੈਗਾ। ਗੈਟਿੰਗ, ਹਾਲਾਂਕਿ ਜੁੜੇ ਅਸੀਂ 100% ਉਹਦੇ ਨਾਲ ਹੋਏ ਹਾਂ। ਗੈਟਿੰਗ, ਜਦੋਂ ਮੱਸਿਆ ਵਾਲਾ ਦਿਨ ਆਉਂਦਾ ਹੈ ਜਾਂ ਪੁੰਨਿਆ ਵਾਲਾ ਦਿਨ ਆਉਣ ਲੱਗਦਾ ਹੈ ਉਹਨੂੰ ਇਕਾਦਸ਼ੀ ਕਹਿੰਦੇ ਹਾਂ। ਅਸੀਂ ਇਕਾਦਸ਼ੀ ਦਾ ਵਰਤ ਰਖਵਾਉਂਦੇ ਹਾਂ। ਉਹਨਾਂ ਦਿਨਾਂ 'ਚ ਚੰਦਰਮਾ ਸਰ ਧਰਤੀ ਦੇ ਥੋੜ੍ਹਾ ਕਲੋਜ਼ ਆਇਆ ਹੁੰਦਾ, ਦਬਾਅ ਬਣਿਆ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਹੀ। ਮੋਸਟਲੀ ਇੱਕ ਅੰਕੜਾ ਹੈ, ਇਹ ਦਰਸ਼ਕ ਕੈਲਕੂਲੇਟ ਵੀ ਕਰਕੇ ਕਮੈਂਟ 'ਚ ਜ਼ਰੂਰ ਦੱਸਣ ਵੀ ਐਵੇਂ ਹੈ ਕਿ ਨਹੀਂ ਹੈ। ਜਦੋਂ ਮੱਸਿਆ ਦੇ ਦਿਨ ਆਉਣ ਲੱਗਦੇ ਜਾਂ ਪੁੰਨਿਆ ਦਿਨ ਆਉਣ ਲੱਗਦੇ ਆ ਉਹਨਾਂ ਦਿਨਾਂ 'ਚ ਮੋਸਟਲੀ ਘਰਾਂ 'ਚ ਕਲੇਸ਼ ਰਹਿੰਦਾ, ਹਾਈਪਰ ਐਕਟੀਵਿਟੀ ਵੱਧ ਜਾਂਦੀ ਆ। ਹਾਈਪਰ ਮੀਨਸ ਜ਼ਿਆਦਾ ਗੁੱਸੇ ਵਾਲਾ ਕੰਮ, ਠੀਕ ਹੈ, ਉਹ ਜ਼ਿਆਦਾ ਹੋ ਜਾਂਦਾ। ਠੀਕ ਹੈ, ਤਾਂ ਉਹ ਅਸੀਂ ਜਦੋਂ ਕਿਸੇ ਨੂੰ ਪੁੱਛਦੇ ਹਾਂ ਵੀ ਠੀਕ ਚੱਲਦਾ ਸਾਰਾ ਸਿਸਟਮ, ਉਹ ਕਹਿੰਦੇ ਇੱਕ ਅੱਧੀ ਵਾਰ ਤਾਂ ਲੜਾਈ ਹੋ ਹੀ ਜਾਂਦੀ ਹੈ। ਤਾਂ ਮਹੀਨੇ 'ਚ 2 ਦਿਨ ਇਸ ਤਰ੍ਹਾਂ ਦੇ ਆਉਂਦੇ ਆਉਂਦੇ ਇਕਾਦਸ਼ੀ ਦੇ। ਔਰ ਇੱਕ ਹੋਰ ਹੈ, ਜਿਨ੍ਹਾਂ ਨੂੰ ਰੋਗ ਹੈ ਉਹ ਉਹਨਾਂ ਦਿਨਾਂ ਦੇ ਵਿੱਚ ਉਹ ਰੋਗ ਜ਼ਿਆਦਾ ਵਧੇਗਾ, ਕੋਈ ਵੀ ਵਟ ਐਵਰ। ਇਸੇ ਕਰਕੇ ਅਸੀਂ ਇਕਾਦਸ਼ੀ ਰਖਵਾ ਦਿੰਦੇ ਹਾਂ, ਇਕਾਦਸ਼ੀ 'ਚ ਅਨਾਜ ਬੰਦ ਕਰਵਾ ਦਿੰਦੇ ਹਾਂ, ਬਿਲਕੁਲ ਹੀ ਉਹ ਜਿਸ ਜ਼ਰੂਰਤ ਜਿੰਨਾ ਹੀ ਦੂਸਰਾ ਫਰੂਟਸ ਔਰ ਮਿਲਟਸ ਵਗੈਰਾ ਉਹ ਲੈਂਦਾ ਹੈਗਾ ਜਾਂ ਸੈਲਡ ਲੈਂਦਾ ਜ਼ਰੂਰਤ ਜਿੰਨਾ ਹੀ, ਤਾਂ ਉਹ ਉਹਦੇ ਅੰਦਰ ਫਿਰ ਆਕਸੀਜਨ ਲੈਵਲ ਵੱਧ ਜਾਂਦਾ। ਠੀਕ ਹੈ, ਜਦੋਂ ਉਹ ਜਿਹੜਾ ਪ੍ਰੈਸ਼ਰ ਹੈ ਉਹ ਜਦੋਂ ਆਕਸੀਜਨ ਲੈਵਲ ਵੱਧ ਜਾਏਗਾ ਉਹ ਫਿਰ ਪ੍ਰੈਸ਼ਰ ਦਾ ਦਬਾਅ ਸਰੀਰ ਚੱਲ ਜਾਂਦਾ। ਅੱਛਾ ਡਾਕਟਰ ਸਾਹਿਬ, ਜਿਹੜਾ ਆਮ ਪਾਣੀ ਹੈ ਜਾਂ ਇਹ ਪਾਣੀ ਹੈਗਾ, ਅਸੀਂ ਲਾਈਵ ਟੈਸਟ ਕਰ ਸਕਦੇ, ਕੋਈ ਫਰਕ ਹੋਊਗਾ ਟੇਸਟ 'ਚ ਜਾਂ ਕੋਈ ਐਨਰਜੀ 'ਚ? ਨਹੀਂ, ਇਸ ਤਰ੍ਹਾਂ ਦਾ ਕੋਈ ਟੇਸਟ ਇਸ ਤਰ੍ਹਾਂ ਦਾ ਕੁਛ ਨਹੀਂ। ਇਹ ਤਾਂ ਦੇਖੋ ਆਲਰੇਡੀ ਐਨਰਜੀ ਹੈ ਨਾ, ਇੱਕ ਸਟੋਰੇਜ ਕੀਤੀ ਹੋਈ ਐਨਰਜੀ ਹੈ ਇਹਦੇ 'ਚ, ਇਹਦੇ 'ਚ ਕੋਈ ਫਲੇਵਰ ਨਹੀਂ ਐਡ ਕੀਤਾ ਗਿਆ। ਹਾਂ, ਸੋ ਇਹਦੇ ਅੰਦਰ ਦੀ ਜਿਹੜੀ ਇਹਦੀ ਤਸੀਰ ਹੈ ਉਹ ਬਦਲੀ ਆ, ਟੋਟਲ ਬਦਲੀ। ਹਾਂ, ਤਸੀਰ ਬਦਲੀ ਆ। ਕਿੰਨੇ ਟਾਈਮ ਯੂਜ਼ ਕਰਨਾ ਪੈਣਾ ਜੀ? ਪੂਰੇ ਇੱਕ ਦਿਨ ਸ਼ਾਮ ਨੂੰ ਖਾਲੀ ਕਰ ਦਿਓ ਉਹਨੂੰ, ਸ਼ਾਮ ਤੱਕ ਖਾਲੀ ਕਰ ਦਿਓ, ਨੈਕਸਟ ਡੇ ਅਗਰ ਚੰਦਰਮਾ ਹੈ ਤਾਂ ਫਿਰ ਇਹਨੂੰ ਚਾਰਜ ਕਰ ਲਓ। ਜੀ ਜੀ, ਠੀਕ ਹੈ। ਅਤੇ ਇਹ ਮੈਗਨੀਸ਼ੀਅਮ ਥੈਰੇਪੀ ਇਹ ਕੀ ਚੀਜ਼ ਹੈ? ਹਾਂ, ਮੈਗਨੀਸ਼ੀਅਮ ਥੈਰੇਪੀ ਦੇ ਵਿੱਚ ਕੀ ਹੈਗਾ ਕਿ ਦੇਖੋ, ਮੈਗਨੀਸ਼ੀਅਮ ਜਿਹੜੇ ਫਿਟਸ ਦੇ ਪੇਸ਼ੈਂਟ ਆ ਜਿਹਨੂੰ ਦੌਰੇ ਪੈਂਦੇ ਆ, ਠੀਕ ਹੈ, ਮਿਰਗੀ ਦੇ ਪੇਸ਼ੈਂਟ ਆ ਜਿਹੜੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਡਿਪਰੈਸ਼ਨ ਦੇ ਪੇਸ਼ੈਂਟ ਆ, ਸਟ੍ਰੈਸ ਦੇ ਪੇਸ਼ੈਂਟ ਆ, ਮੈਗਨੀਸ਼ੀਅਮ ਸਟ੍ਰੈਸ ਦੀ ਬਹੁਤ ਲਾਹੇਵੰਦ ਇਹ ਮਿਨਰਲਸ ਮੰਨਿਆ ਗਿਆ, ਆਇਨਿਕ ਫੋਰਮ ਦੇ ਵਿੱਚ ਇਹਨੂੰ ਮੰਨਿਆ ਗਿਆ ਹੈਗਾ। ਮੈਗਨੀਸ਼ੀਅਮ ਇਹਦੀ ਐਂਟੀਡੋਜ਼ ਹੈ ਸਟ੍ਰੈਸ ਔਰ ਡਿਪਰੈਸ਼ਨ ਦੀ। ਔਰ ਵੱਡੀ ਚੀਜ਼ ਕੀ ਹੈ, ਇਹ ਬਿਲਕੁਲ ਆਇਨਿਕ ਫੋਰਮ ਹੈ। ਆਇਨਿਕ ਕੀ ਕਹਿੰਦੇ ਆ, ਸ਼ਹਿਦ ਆਇਨਿਕ ਹੁੰਦਾ, ਮਾਂ ਦਾ ਦੁੱਧ ਆਇਨਿਕ ਹੁੰਦਾ। ਆਇਨਿਕ ਦਾ ਮਤਲਬ ਜਿਹੜੀ ਜਿਵੇਂ ਜ਼ਬਾਨ 'ਤੇ ਰੱਖੀ ਸਿੱਧੀ ਸੈੱਲ ਤੱਕ ਗਈ, ਉਹਨੂੰ ਲੀਵਰ ਵਾਇਆ ਡਾਇਜੈਸਟਿਵ ਸਿਸਟਮ ਡਿਪੈਂਡ ਨਹੀਂ ਹੁੰਦੀ ਉਹ, ਠੀਕ ਹੈ, ਇਹ ਡਾਇਰੈਕਟ ਸੈੱਲ ਫੂਡ ਹੈ। ਤਾਂ ਇਹਨੂੰ ਅਸੀਂ ਨੋਜ਼ ਥੈਰੇਪੀ ਦੇ ਤੌਰ 'ਤੇ ਦਿੰਦੇ ਹਾਂ, ਤਾਂ ਜੋ ਸਾਡਾ ਜਿਹੜਾ ਹੈੱਡ ਪੋਰਸ਼ਨ ਹੈ, ਅਸੀਂ ਹਰ ਵਾਰੀ ਵੀਡੀਓ 'ਚ ਦੱਸਦੇ ਹਾਂ ਕਿ 30 ਸਾਲ ਤੋਂ ਬਾਅਦ ਸਾਡੀ ਬੋਡੀ ਦਾ ਪੈਰਾਂ ਤੋਂ ਜਿਹੜਾ ਬਲੱਡ ਹੈ ਉਹ ਬ੍ਰੇਨ ਨੂੰ ਜਾਣਾ 20-25% ਘੱਟ ਜਾਂਦਾ, ਤਾਂ ਉੱਥੇ ਬਹੁਤ ਸਹਾਈ ਹੁੰਦੀ ਹੈ। ਅੱਛਾ, ਅਤੇ ਫਿਰ ਇਹ ਸਾਰੀਆਂ ਟ੍ਰੇਨਿੰਗਾਂ ਤੁਸੀਂ ਆਉਣ ਵਾਲੀ 29 ਤਰੀਕ ਨੂੰ ਜਿਹੜਾ ਕੈਂਪ ਲੱਗਣ ਵਾਲਾ ਹੈ, ਇਹ ਸਾਰੀਆਂ ਚੀਜ਼ਾਂ ਉੱਥੇ ਸਮਝਾਓਗੇ? ਥੋੜ੍ਹਾ ਥੋੜ੍ਹਾ ਸਾਨੂੰ ਫਿਰ, ਕਿਉਂਕਿ ਟਾਈਮ ਬੜਾ ਘੱਟ ਹੈ, ਸਾਨੂੰ ਥੋੜ੍ਹਾ ਥੋੜ੍ਹਾ ਦੱਸ ਦਿਓ। 5 ਪੱਤਿਆਂ ਦਾ ਜੂਸ ਹੈ ਜੀ, ਗੈਟਿੰਗ 5 ਪੱਤਿਆਂ ਦਾ ਜੂਸ ਹੈ, ਪੁਦੀਨਾ, ਧਨੀਆ, ਪਾਲਕ, ਪੱਤਾ ਗੋਭੀ, ਮੂਲੀ ਪੱਤੇ, ਗੈਟਿੰਗ। ਤਾਂ ਇਹ ਜਿਹੜੇ ਡਾਇਬਟਿਕ ਟਾਈਪ 1 ਔਰ 2 ਜਿਹਨਾਂ ਬੱਚਿਆਂ ਨੂੰ ਜਾਂ ਅਡਲਟਸ ਨੂੰ ਹੈਗਾ, ਤਾਂ ਉਹਨਾਂ ਵਾਸਤੇ ਬੜਾ ਅੱਛਾ ਟੋਨਿਕ ਹੈ, ਠੀਕ ਹੈ। ਇਹਦੇ ਨਾਲ ਸਾਨੂੰ ਬਹੁਤ ਇਫੈਕਟਿਵ ਰਿਜ਼ਲਟ ਮਿਲੇ ਆ, ਮੀਨਸ ਜਿਹਨਾਂ ਨੂੰ ਇਨਸੁਲਿਨ ਤੱਕ ਲੱਗਦੀ ਸੀ ਉਹ ਵਿਦਇਨ 7 ਡੇ ਉਹਨਾਂ ਨੇ ਸਾਨੂੰ ਆ ਕੇ ਫੀਡਬੈਕ ਦੇ ਦਿੱਤਾ ਪੋਜ਼ਿਟਿਵ, ਹਾਲਾਂਕਿ ਅਸੀਂ 90 ਦਿਨ ਬੋਲਦੇ ਹਾਂ, ਠੀਕ ਹੈ। ਉਹ ਵਿਦਇਨ 7 ਡੇ ਉਹਨਾਂ ਨੇ ਕਹਿਤਾ ਕਿ ਇਨਸੁਲਿਨ ਦੀ ਮਾਤਰਾ ਬਹੁਤ ਘੱਟ ਗਈ। ਮਤਲਬ ਇਹ ਜੂਸ ਦੀ ਵੀ ਟ੍ਰੇਨਿੰਗ ਦੇਵੋਗੇ ਤੁਸੀਂ? ਕਿਸ ਤਰੀਕੇ ਨਾਲ ਬਣੇਗਾ? ਈਵਨ ਪਲਾਇਆ ਜਾਏਗਾ ਉਸ ਦਿਨ, ਇਹਦਾ ਲੰਗਰ ਚੱਲੇਗਾ ਉਸ ਦਿਨ। ਜੀ ਜੀ, ਜੂਸ ਦਾ ਲੰਗਰ ਚੱਲੇਗਾ। ਜੀ ਜੀ ਜੀ, ਇਹ ਕੀ ਚੀਜ਼ ਹੈਗੀ ਜੀ? ਹਲਦੀ ਨਾਲ ਡਾਕਟਰ ਸਾਹਿਬ, ਇਹ ਤੇ ਇਹ ਦੇਖੀ ਕਾਲੀ ਮਿਰਚ, ਹਲਦੀ, ਗੋਲਡਨ ਮਿਲਕ ਹੈ। ਅੱਛਾ, ਪਰ ਇਹ ਖੋਪੇ ਦਾ ਦੁੱਧ ਕਿਵੇਂ ਹੋ ਸਕਦਾ ਜੀ? ਕਿਵੇਂ ਕੱਢ ਸਕਦੇ? ਦੇਖੋ, ਵੱਡੀ ਚੀਜ਼ ਸਭ ਤੋਂ ਪਹਿਲੀ ਤਾਂ ਜਾਣਕਾਰੀ ਕਾਫੀ ਪਰਿਵਾਰਾਂ ਲਈ ਨਵੀਂ ਹੋਏਗੀ। ਹੁਣ ਤੱਕ ਸਾਨੂੰ ਇਹ ਪਤਾ ਕਿਹੜਾ ਦੁੱਧ ਹੈ, ਉਹ ਮੱਝ, ਗਾਂ, ਠੀਕ ਹੈ, ਇਹਨਾਂ ਪਸ਼ੂਆਂ ਤੋਂ ਹੀ ਸਾਨੂੰ ਮਿਲਦਾ, ਠੀਕ ਹੈ। ਜਦੋਂ ਦੁੱਧ ਦੀ ਵਾਰੀ ਦੀ ਗੱਲ ਆਉਂਦੀ, ਸਾਡੇ ਦਿਮਾਗ 'ਚ ਗਾਂ ਜਾਂ ਮੱਝ ਦੀ ਪਿਕਚਰ ਆ ਜਾਂਦੀ ਹੈ। ਜਦੋਂ ਸੈੱਲ ਕੱਢੇ ਹੋਣ, ਕਈ ਵਾਰ ਅਗਲਾ ਕਹਿੰਦਾ ਜੀ ਗਧੇ ਦਾ ਦੁੱਧ, ਗੱਦੀ ਦਾ ਵੀ ਦੁੱਧ ਪੀ ਲਓ ਜੀ, ਆਪੇ ਬੱਕਰੀ ਦਾ ਵੀ, ਬੱਕਰੀ ਦਾ, ਹਾਂ ਬੱਕਰੀ ਦਾ ਵੀ। ਚਲੋ, ਉਠਣੀਆਂ ਤਾਂ ਆਪਣੇ ਇੱਧਰ ਹੈ ਨਹੀਂ, ਅਤੇ ਸ਼ੇਰਨੀ ਤਾਂ ਦਾ ਦੁੱਧ ਤਾਂ ਲੈਣਾ ਬਹੁਤ ਦੂਰ ਦੀ ਗੱਲ ਹੈ, ਠੀਕ ਹੈ, ਕਿਉਂਕਿ ਆਪਣੇ ਜੰਗਲ ਵੀ ਅਲੱਗ ਫਾਇਦੇ ਨੇ, ਉਹ ਤਾਂ ਹੋਣਗੇ ਕਿਉਂਕਿ ਆਪਾਂ ਟੇਸਟ ਨਹੀਂ ਕੀਤਾ, ਲੇਕਿਨ ਗ੍ਰੰਥਾਂ ਦੇ ਮੁਤਾਬਿਕ ਸ਼ੇਰਨੀ ਦੁੱਧ ਨੂੰ ਸਟੋਰ ਕਰਨ ਲਈ ਸੋਨੇ ਦਾ ਬਰਤਨ ਚਾਹੀਦਾ, ਗੈਟਿੰਗ। ਅਤੇ ਜਿਹਨੂੰ ਸਟੋਰੇਜ ਲਈ ਬਰਤਨ ਸੋਨੇ ਦਾ ਚਾਹੀਦਾ, ਅਤੇ ਪਚਾਉਣ ਲਈ ਜਿਗਰਾ ਕਿਹੜਾ ਚਾਹੀਦਾ,
ਕਿਉਂਕਿ ਮੋਸਟਲੀ 80% ਤਾਂ ਫੈਟੀ ਲੀਵਰ ਵਾਲੇ ਘੁੰਮ ਰਹੇ ਇੱਥੇ ਤਾਂ ਜੀ ਪੀ ਲੈ ਕੇ ਕੋਈ ਪਿਓਰ ਦੁੱਧ ਪੀ ਲਵੇ ਉਸ ਤੋਂ ਬਾਅਦ ਟੱਟੀਆਂ ਲੱਗ ਜਾਂਦੀਆਂ ਨੇ ਕਹਿੰਦੇ ਨੇ ਸਾਨੂੰ ਤਾਂ ਟੱਟੀਆਂ ਲੱਗ ਗਈਆਂ ਸੋ ਇਹ ਗੋਲਡਨ ਮਿਲਕ ਹੈ ਮੈਂ ਇੱਕ ਹੋਰ ਇੰਪੋਰਟੈਂਟ ਚੀਜ਼ ਦੱਸਦਾ USA ਦੇ ਅੰਦਰ ਇਹਦੇ ਉੱਪਰ ਬਹੁਤ ਲੰਬੀ ਚੌੜੀ 12-13 ਸਾਲ ਦੀ ਰਿਸਰਚ ਫਿਨਿਸ਼ ਹੋਈ ਆ ਹੁਣ ਪਿੱਛੇ ਪਿੱਛੇ ਠੀਕ ਹੈ ਉਸ ਰਿਸਰਚ ਦੇ ਵਿੱਚੋਂ ਅਸੀਂ ਇਹ ਆਪਣੇ ਮੁਲਕ ਦੇ ਲੋਕਾਂ ਨੂੰ ਇੰਟਰੋਡਿਊਸ ਕਰਵਾਇਆ ਹਾਲਾਂਕਿ ਕੋਕੋਨਟ ਸਾਡੇ ਮੁਲਕ 'ਚ ਹਲਦੀ ਸਾਡੇ ਮੁਲਕ 'ਚ ਕਾਲੀ ਮਿਰਚ ਸਾਡੇ ਮੁਲਕ 'ਚ ਅਤੇ ਰਿਸਰਚ ਕਿਹੜਾ ਮੁਲਕ ਕਰ ਰਿਹਾ ਅਮੈਰੀਕਾ ਠੀਕ ਹੈ ਤਾਂ ਇਹ ਇਹ ਹੁਣ ਸੋਚ ਵਿਚਾਰ ਵਾਲਾ ਮੁੱਦਾ ਹੈਗਾ ਅਤੇ ਸਰਕਾਰਾਂ ਵੀ ਸੋਚਣ ਇਹਦੇ 'ਤੇ ਠੀਕ ਹੈ ਤਾਂ ਲੇਕਿਨ ਉੱਥੇ ਸਾਇੰਟਿਸਟ ਨੇ ਰਿਸਰਚ ਕੀਤੀ ਆ ਅਸੀਂ ਉਹਦੀ ਸਟੱਡੀ ਨੂੰ ਗੋ ਥਰੂ ਹੋਏ ਦੈਨ ਫਿਰ ਇਹਨੂੰ ਅਸੀਂ ਇੰਟਰੋਡਿਊਸ ਕਰਵਾਇਆ ਇਹਦੇ ਔਰ ਬਹੁਤ ਇਫੈਕਟਿਵ ਸਾਨੂੰ ਰਿਜ਼ਲਟ ਮਿਲੇ ਇਹ ਦੱਸੋਗੇ ਵੀ ਕਿਵੇਂ ਬਣਦਾ 29 ਤਰੀਕ ਨੂੰ ਦੱਸਿਆ ਜਾਏਗਾ ਬਿਲਕੁਲ ਦੱਸਿਆ ਵੀ ਜਾਏਗਾ ਇਹਦਾ ਲੰਗਰ ਵੀ ਲਗਾਇਆ ਜਾਏਗਾ ਇਹਨੂੰ ਪਿਲਾਇਆ ਵੀ ਜਾਏਗਾ ਠੀਕ ਹੈ ਇਹਨੂੰ ਪਿਲਾਇਆ ਵੀ ਜਾਏਗਾ ਔਰ ਇਹ ਤਾਂ ਗਰਮ ਲੱਗਦਾ ਜੀ ਗਰਮ ਕੀਤਾ ਹੋਇਆ ਹੈ ਕੁਛ ਇਹਨੂੰ ਪੀ ਸਕਦੇ ਹਾਂ ਹਾਂ ਪੀ ਸਕਦੇ ਹਾਂ ਪੀਣ ਵਾਸਤੇ ਮੈਂ ਲਿਆਓ ਲਿਓ ਪਲੀਜ਼ ਕੀ ਫਾਇਦੇ ਜਿਹੜੇ ਨੇ ਤੁਸੀਂ ਛੋਟੇ ਜਿਹੇ ਸੰਖੇਪ ਦੱਸੋ ਵੀ ਜਿਹੜਾ 29 ਤਰੀਕ ਨੂੰ ਆ ਕੇ ਇਹ ਮੈਂ ਦਰਸ਼ਕਾਂ ਨੂੰ ਦੱਸਦੇ ਕਿ ਜਿਹੜਾ ਦਰਸ਼ਕ ਇਸ ਵੇਲੇ ਦੇਖ ਰਹੇ ਨੇ 29 ਤਰੀਕ ਨੂੰ ਬਠਿੰਡਾ ਦੇ ਵਿੱਚ ਜਿਹੜਾ ਕਲੀਨਿਕ ਹੈਗਾ ਹੋਸਪਿਟਲ ਹੈਗਾ ਡਾਕਟਰ ਭੁੱਲਰ ਹੋਰਾਂ ਦਾ ਉਹਦੇ ਵਿੱਚ ਜਿਹੜਾ ਇਹ ਕੈਂਪ ਹੈਗਾ ਉਹ ਲੱਗ ਰਿਹਾ ਹੈ ਔਰ ਸਾਰੀਆਂ ਤਕਨੀਕਾਂ ਸਾਰੀਆਂ ਜਿਹੜੇ ਨੁਸਖੇ ਉਹ ਇੱਥੇ ਦੱਸੇ ਜਾਣਗੇ ਹੁਣ ਦੇਖੋ ਜਿਵੇਂ ਕਿ ਅੱਜ ਸਾਨੂੰ ਪਤਾ ਲੱਗਿਆ ਕਿ ਖੋਪੇ ਦਾ ਵੀ ਦੁੱਧ ਹੈ ਜਿਹੜਾ ਉਹ ਪੀਤਾ ਜਾ ਸਕਦਾ ਕੱਢ ਕੇ ਔਰ ਕਿਸ ਤਰੀਕੇ ਨਾਲ ਬਣਾਇਆ ਜਾਏਗਾ ਕਿਸ ਤਰੀਕੇ ਨਾਲ ਇਹਨੂੰ ਪੀਣਾ ਔਰ ਕਿਹੜੇ ਵੇਲੇ ਪੀਣਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ 29 ਤਰੀਕ ਨੂੰ ਦੱਸਿਆ ਜਾਣਗੀਆਂ ਜੀ ਟੇਸਟ ਕਰਨ ਵਾਸਤੇ ਮੈਂ ਇਹਨੂੰ ਐਡ ਕਰ ਰਿਹਾ ਚਮਚ ਦਾ ਚੌਥਾ ਹਿੱਸਾ ਵਿੱਚ ਆਪਾਂ ਅੱਛੀ ਵਾਲੀ ਹਲਦੀ ਲਵਾਂਗੇ ਔਰ ਸਵਾਦ ਅਨੁਸਾਰ ਲਵਾਂਗੇ ਕਾਲੀ ਮਿਰਚ ਮਿੱਠਾ ਨਹੀਂ ਪਾਉਣਾ ਮਿਸ਼ਰੀ ਚੀਨੀ ਜੀ ਸਰ ਚੀਨੀ ਮਿਸ਼ਰੀ ਮਿਸ਼ਰੀ ਚੀਨੀ ਨਹੀਂ ਪਾਉਣੀ ਚੀਨੀ ਨਹੀਂ ਉਹ ਕਿਉਂ ਜੀ ਧਾਗੇ ਵਾਲੀ ਮਿਸ਼ਰੀ ਐਡ ਕਰਾਂਗੇ ਚੀਨੀ ਕਿਉਂ ਨਹੀਂ ਪਾਉਣੀ ਜਿਹੜਾ ਅੱਛਾ ਮਿੱਠਾ ਉਹੀ ਐਡ ਕਰਾਂਗੇ ਨਾ ਇੰਨੀ ਅੱਛੀ ਚੀਜ਼ ਬਣਾ ਕੇ ਤੁਸੀਂ ਜ਼ਹਿਰ ਕਿਉਂ ਐਡ ਕਰਨਾ ਚੀਨੀ ਜ਼ਹਿਰ ਹੈ ਯੈਸ ਸਾਰੇ ਘਰਾਂ 'ਚ ਤਾਂ ਚੱਲਦੀ ਤਾਂ ਚੀਨੀ ਹੈ ਜੀ ਦੇਖੋ ਉਹ ਫਿਲਹਾਲ ਤਾਂ ਬਹੁਤ ਵੱਡਾ ਚੇਂਜ ਆਇਆ ਜਿਹੜੇ ਪਰਿਵਾਰ ਆਪਣੀ ਵੀਡੀਓ ਨਾਲ ਜੁੜੇ ਆ ਆਪਣੀ ਸੰਗਤ ਨਾਲ ਜੁੜੇ ਆ ਉੱਥੇ ਨਹੀਂ ਚੱਲ ਰਹੀ ਉੱਥੇ ਮਿਸ਼ਰੀ ਚੱਲ ਰਹੀ ਹੈ ਅਤੇ ਸ਼ੱਕਰ ਚੱਲ ਰਹੀ ਹੈ ਉੱਥੇ ਗੁੜ ਚੱਲ ਰਿਹਾ ਠੀਕ ਹੈ ਚੱਲਣ ਨੂੰ ਤਾਂ ਸਰ ਸ਼ਾਮ ਨੂੰ ਚੂਹ ਵੀ ਚੱਲਦੀ ਹੈ ਤਾਂ ਉਹਨੂੰ ਆਪਾਂ ਚੰਗਾ ਥੋੜ੍ਹਾ ਨਾ ਅਨਾਊਂਸ ਕਰ ਦਿਆਂਗੇ ਠੀਕ ਹੈ ਤਾਂ ਉਹ ਬਹੁਤ ਸਾਰੇ ਘਰਾਂ 'ਚ ਉਹ ਵੀ ਚੱਲਦੀ ਹੈ ਚੱਲਣ ਨੂੰ ਬਹੁਤ ਸਾਰੇ ਘਰਾਂ 'ਚ ਖਾਲੀ ਪੇਟ ਚਾਹ ਵੀ ਚੱਲਦੀ ਹੈ ਲੇਕਿਨ ਜਦੋਂ ਗਿਆਨ ਐਡ ਹੋ ਜਾਂਦਾ ਫਿਰ ਲੋਕ ਬਦਲਾਵ ਲੈ ਕੇ ਆਉਂਦੇ ਨੇ ਇਸ ਟਾਈਮ ਇਹ ਗੋਲਡਨ ਮਿਲਕ ਬਣ ਗਿਆ ਇਹਦਾ ਟੇਸਟ ਇੰਨਾ ਸ਼ਾਨਦਾਰ ਹੈ ਜਿਹਨੇ ਇੱਕ ਕੱਪ ਪੀ ਲਿਆ ਉਹ ਬਸ ਫੈਮਿਲੀ ਨੂੰ ਅਤੇ ਆਪ ਬਾਅਦ 'ਚ ਉਹੀ ਪੀਏਗਾ ਇਹ ਮੇਰੀ ਗਰੰਟੀ ਆ ਠੀਕ ਹੈ ਫਲੇਵਰ ਵਾਈਜ਼ ਬਹੁਤ ਹੁਣ ਇਹਦੇ ਫਾਇਦੇ 'ਤੇ ਆ ਜਾਈਏ ਸਭ ਤੋਂ ਵੱਡਾ ਫਾਇਦਾ ਜਿਹਨਾਂ ਨੂੰ ਆਰਥਰਾਈਟਿਸ ਦੀ ਸਮੱਸਿਆ ਜੋੜਾ ਦਰਦਾਂ ਦੀ ਸਮੱਸਿਆ ਜੋੜਾ ਦਰਦਾਂ ਦੀ ਸਮੱਸਿਆ ਜੋੜਾਂ 'ਚ ਸਵੈਲਿੰਗ ਆਉਣ ਨਾਲ ਹੁੰਦੀ ਇਨਫਲਾਮੇਸ਼ਨ ਦੇ ਰੋਗ ਕਹਿ ਦਿੰਦੇ ਉਹਨੂੰ ਤਾਂ ਉਸ ਸਮੱਸਿਆ ਦੇ ਉੱਤੇ ਬਹੁਤ ਇਫੈਕਟਿਵ ਹੈ ਗਠੀਏ ਦੇ ਮਰੀਜ਼ ਵਾਸਤੇ ਬਹੁਤ ਇਫੈਕਟਿਵ ਹੈ ਥਾਇਰਾਇਡ ਦੇ ਪੇਸ਼ੈਂਟ ਵਾਸਤੇ ਬਹੁਤ ਇਫੈਕਟਿਵ ਹੈ ਫਾਈਬ੍ਰਿਡ ਭੈਣਾਂ ਦੇ ਮਾਤਾਵਾਂ ਦੇ ਫਾਈਬ੍ਰਿਡ ਸਿਸਟ ਬਣ ਰਹੀਆਂ ਨੇ ਉਹਦੇ ਲਈ ਬਹੁਤ ਇਫੈਕਟਿਵ ਟੋਨਿਕ ਹੈ ਅਸੀਂ ਇਹਨੂੰ ਬਕਾਇਦਾ ਰਿਕਮੈਂਡ ਕਰ ਰਹੇ ਹੈਗੇ ਆ ਹੁਣ ਜਿਹਨਾਂ ਨੂੰ ਫਾਈਬ੍ਰਿਡ ਦੀ ਸਮੱਸਿਆ ਹਾਰਮੋਨਲ ਸਮੱਸਿਆ ਨੇ ਮੂਡ ਸਵਿੰਗ ਹੁੰਦੇ ਨੇ ਉਹਨਾਂ ਵਾਸਤੇ ਗੈਟਿੰਗ ਈਵਨ ਹਾਰਟ ਦੀ ਜਿਹਨਾਂ ਨੂੰ ਪ੍ਰੋਬਲਮ ਉਹਨਾਂ ਵਾਸਤੇ ਲੀਵਰ ਦੀ ਜਿਹਨਾਂ ਨੂੰ ਸਮੱਸਿਆ ਉਹਨਾਂ ਵਾਸਤੇ ਲੀਵਰ ਦੀ ਸਫਾਈ ਕਰਦਾ ਹੈ ਜਿਹਨਾਂ ਨੂੰ ਸਟੋਨ ਪੱਥਰੀਆਂ ਜ਼ਰਾ ਬਣਦੀਆਂ ਉਹਨਾਂ ਵਾਸਤੇ ਹਾਂ ਬਹੁਤ ਜ਼ਿਆਦਾ ਇਫੈਕਟਿਵ ਹੈਗਾ ਹੁਣ ਦੇਖੋ ਇਹ ਦੁੱਧ ਦਾ ਦੁੱਧ ਹੋ ਗਿਆ ਅਤੇ ਦਵਾਈ ਦੀ ਦਵਾਈ ਹੋ ਗਈ ਜੇ ਇਹਨੂੰ ਪੀਣ ਨਾਲ ਕਿਸੇ ਦਾ ਲੀਵਰ ਫੈਟੀ ਨਹੀਂ ਹੋਏਗਾ ਫਿਰ ਡਾਕਟਰ ਸਾਹਿਬ ਜਿਹੜੇ ਗੋਲੀਆਂ ਕੈਪਸੂਲ ਖਾ ਰਹੇ ਨੇ ਤੁਸੀਂ ਤਾਂ ਦੁੱਧ ਦੇਣੇ ਫਾਇਦੇ ਕਿਨਾਂ 'ਤੇ ਉਹ ਕਿੱਧਰ ਨੂੰ ਜਾਣ ਜੀ ਅਸੀਂ ਤਾਂ ਕਹਿੰਦੇ ਹਾਂ ਕਿ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਅਤੇ ਉਸ ਖਰਚੇ ਨੂੰ ਬਚਾਉਣ ਉਹ ਜਿਹੜਾ ਕਮਾਇਆ ਹੋਇਆ ਪੈਸਾ ਆਪਣੇ ਬੱਚੇ ਦੀ ਖੁਸ਼ੀਆਂ 'ਤੇ ਲਗਾਉਣ ਇਹ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਹੁਣ ਤੱਕ ਆਪਾਂ ਜਿੰਨੇ ਵੀ ਓਪਨ ਕੀਤੇ ਨਾ ਚਲੋ ਆਪ ਇੱਕ ਜ਼ੁਬਾਨ 'ਤੇ ਟਿਕਿਆ ਹੁੰਦਾ ਕਿ ਹੋਸਪਿਟਲ ਹੈ ਕਲੀਨਿਕ ਹੈ ਸਾਡੇ ਰਿਸਰਚ ਸੈਂਟਰ ਨੇ ਠੀਕ ਆ ਆਹ ਹੁਣ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਇੰਟਰੋਡਿਊਸ ਕਰਵਾਈਆਂ ਇੱਕ ਇਹਦੇ 'ਚ ਕਿਤੇ ਵੀ ਦਵਾਈ ਨਜ਼ਰ ਆ ਰਹੀ ਤੁਹਾਨੂੰ ਇਹੀ ਤਾਂ ਮੈਂ ਪੁੱਛ ਰਿਹਾ ਜੀ ਵੀ ਉਹ ਕੈਪਸੂਲ ਦਵਾਈਆਂ ਕਿੱਥੇ ਨੇ ਹਾਂ ਸੋ ਨੈਚੁਰਲ ਹੈਲਥ ਸਾਇੰਸ ਦੇ ਰਿਸਰਚ ਮੈਂ ਹੁਣ ਇਹ ਗੱਲ ਕਹੀ ਸੀ ਕਿ ਕੋਕੋਨਟ ਸਾਡੇ ਮੁਲਕ ਦਾ ਹਲਦੀ ਸਾਡੇ ਮੁਲਕ ਦੀ ਕਾਲੀ ਮਿਰਚ ਸਾਡੇ ਮੁਲਕ ਦੀ ਅਤੇ ਰਿਸਰਚ ਕੌਣ ਕਰ ਰਿਹਾ USA ਕਿਉਂਕਿ USA ਬਹੁਤ ਵੱਡਾ ਫੰਡ ਉੱਥੋਂ ਦੀ ਗੌਰਮੈਂਟ ਰਿਸਰਚ ਲਈ ਦਿੰਦੀ ਆ ਅਸੀਂ ਇੱਕ ਛੋਟੀ ਜਿਹੀ ਸੰਸਥਾ ਹੈ ਅਸੀਂ ਸਰਕਾਰ ਤੋਂ ਕੁਛ ਨਹੀਂ ਲੈਂਦੇ ਅਸੀਂ ਆਪਣੇ ਹੀ ਤਿਲ ਫੁੱਲ 'ਚੋਂ ਪੈਸਾ ਜਿਹੜਾ ਬਚਾਉਂਦੇ ਹਾਂ ਉਹ ਅਸੀਂ ਰਿਸਰਚ 'ਤੇ ਲਗਾ ਦਿੰਦੇ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਕੋਲ ਮਰੀਜ਼ ਆ ਰਹੇ ਆ ਉਹਨਾਂ ਦੇ ਘਰਾਂ ਤੱਕ ਉਹ ਰਿਸਰਚ ਪਹੁੰਚਾ ਦਿੰਦੇ ਹਾਂ ਜਿਹਦਾ ਉਹ ਫਾਇਦਾ ਲੈਂਦੇ ਨੇ ਠੀਕ ਹੈ ਸੋ ਜਿੰਨੀ ਕੁ ਹੈਸੀਅਤ ਰੱਬ ਨੇ ਦਿੱਤੀ ਆ ਉਹਨੂੰ ਮਿੱਟੀ ਵੀ ਰੱਖੀ ਹੈ ਜੀ ਮਿੱਟੀ ਮਿੱਟੀ ਕੀ ਕਰੇਗੀ ਜੀ ਜੀ ਮੈਂ ਇੱਕ ਘੁੱਟ ਪੀ ਲਾ ਜੀ ਬਿਲਕੁਲ ਠੰਡਾ ਹੋ ਜਾਣਾ ਇਹਨੇ ਦੋਸਤੋ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਗੋਲਡਨ ਮਿਲਕ ਹੈਗਾ ਜਿਹਨੂੰ ਡਾਕਟਰ ਭੁੱਲਰ ਗੋਲਡਨ ਮਿਲਕ ਦਾ ਨਾਮ ਦਿੱਤਾ ਹੈ ਅਤੇ ਫਿਰ ਕੰਮ ਵੀ ਸੋਨੇ ਵਰਗੀ ਕਰੇਗਾ ਜੀ ਸਰੀਰ ਨੂੰ ਗੋਲਡ ਬਣਾ ਦੇਗਾ ਸਰ ਅੱਛਾ
ਮਜ਼ੇਦਾਰ 21 ਦਿਨ ਲਗਾਤਾਰ ਪੀ ਲਓ, ਉਸ ਤੋਂ ਬਾਅਦ ਤੁਸੀਂ ਨਾ ਬੋਲੇ ਗਲੀ 'ਚ ਬਾਹਰ ਨਿਕਲ ਕੇ, ਪੀਦੇ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਦੇਖੋ ਤੁਸੀਂ, ਇਹ ਰਿਸਰਚ, ਇਹ ਅਸੀਂ ਕਹਿ ਲਈਏ ਕਿ ਜਿਹੜੀ ਰਿਸਰਚ ਹੈਗੀ ਡਾਕਟਰ ਭੁੱਲਰ ਹੋਣਾ ਦੀ ਹਿੱਸੇ ਆਈ ਹੈ, ਔਰ ਜਿਹੜੇ ਲੋਕਾਂ ਨੂੰ, ਬਹੁਤ ਲੋਕ ਨੇ ਜਿਹੜੇ ਲੋਕ ਧੰਨਵਾਦ ਕਰਦੇ ਨੇ, ਔਰ ਜਿਨ੍ਹਾਂ ਨੂੰ ਦਵਾਈਆਂ ਤੋਂ ਕਿਹੜਾ ਛੁੱਟ ਗਿਆ ਉਹ ਵੀ ਸਾਡੇ ਹਿੱਸੇ ਆਇਆ ਜੀ। ਫਿਰ ਮੈਂ ਇੱਕ ਚੀਜ਼ ਹੋਰ ਕਹਿ ਦਿਆਂ, ਜਿਹੜਾ ਬੰਦਾ ਤੁਹਾਡੇ 'ਚ ਕੋਈ ਦੁੱਧ ਦਾ ਕੰਮ ਕਰਦਾ ਹੋਵੇ ਉਹ ਇੱਕ ਡਰਾਮ ਉਹਨੇ ਦਾ ਵੀ ਰੱਖ ਲਿਆ ਕਰੇ, ਇਹਦੀ ਵੀ ਡਿਮਾਂਡ ਆਉਣ ਵਾਲੀ ਹੈ ਬਹੁਤ ਵੱਡੇ ਲੈਵਲ 'ਤੇ। ਗੈਟਿੰਗ ਨਹੀਂ ਤਾਂ ਉਸ ਤੋਂ ਬਾਅਦ ਨਾਰੀਅਲ ਮਹਿੰਗਾ ਆਉਣ ਵਾਲਾ। ਅਤੇ ਇਹ ਮਿੱਟੀ ਦਾ ਕੀ ਕੀਤਾ ਹੋਇਆ ਜੀ, ਮਿੱਟੀ ਨਾਲ ਕੀ ਕਰਦੇ ਹੋ, ਕੀ ਸਿਖਾਓ, ਕੀ ਸਿਖਾਉਣ ਵਾਲੇ ਹੋ ਮਿੱਟੀ ਨਾਲ 29 ਤਰੀਕ ਨੂੰ? ਦੇਖੋ ਮਿੱਟੀ ਇਹ ਨੋਰਮਲ ਸ਼ੇਪ 'ਚ ਤੁਹਾਨੂੰ ਮਿੱਟੀ ਨਜ਼ਰ ਆ ਰਹੀ ਹੈ, ਲੇਕਿਨ ਇੱਕ ਨੈਚੁਰਲ ਹੈਲਥ ਸਾਇੰਸ ਦੀ ਰਿਸਰਚ ਦੇ ਮੁਤਾਬਕ ਇਹ ਹੱਡੀ ਆ। ਹੱਡੀ ਹੈ ਜੀ? ਹਾਂਜੀ ਹੱਡੀ ਹੈ, ਸਾਨੂੰ ਤਾਂ ਨਹੀਂ ਭੁਲੇਖਾ ਪੈਂਦਾ ਜੀ। ਮੈਂ ਤੁਹਾਨੂੰ ਦੱਸਾਂ ਵੀ ਤੁਹਾਨੂੰ ਮਿੱਟੀ ਤੁਹਾਡੇ ਲਈ ਮਿੱਟੀ ਹੈ, ਐਜ਼ ਏ ਨੈਚੁਰਲ ਸਾਇੰਸ ਰਿਸਰਚਰ ਮੇਰੇ ਲਈ ਇਹ ਹੱਡੀ ਆ। ਤੁਹਾਡੇ ਹੱਡੀ ਦੇ ਜਿੰਨੇ ਵੀ ਫਾਲਟ ਹੈ ਇਹਨੇ ਠੀਕ ਕਰਨੇ ਆ, ਤੁਹਾਡੇ ਜੁਆਇੰਟ ਦੇ ਜਿੰਨੇ ਵੀ ਫਾਲਟ ਹੈ ਇਹਨੇ ਹੀਲ ਕਰਨੇ ਆ, ਤੁਹਾਡੀ ਹਿੱਪ ਦੀ ਪ੍ਰੋਬਲਮ ਹੈ, ਡਿਸਕ ਦੀ ਪ੍ਰੋਬਲਮ ਹੈ, ਸਰਵਾਈਕਲ ਦੀ ਪ੍ਰੋਬਲਮ। ਹੋਰ ਦੇਖੋ ਨੀਂਦ ਦੇ ਉੱਤੇ ਇੰਨਾ ਸ਼ਾਨਦਾਰ ਰਿਜ਼ਲਟ ਹੈ ਇਹਦਾ, ਮਿੱਟੀ ਦੀ ਪੱਟੀ ਦਾ। ਕਿਵੇਂ ਬੰਨਣੀ, ਕਿਵੇਂ ਜੀ ਕਿਵੇਂ ਬੰਨਣੀ ਹੁੰਦੀ ਹੈ? ਆਲਰੇਡੀ ਆ ਦੇਖੋ ਪੱਟੀ ਬਣੀ ਹੋਈ ਹੈ। ਅੱਛਾ ਜੀ, ਮਤਲਬ ਕੋਈ ਵੀ ਮਿੱਟੀ ਲਈ ਜਾ ਸਕਦੀ? ਨਹੀਂ, ਇਹਦੇ ਵਾਸਤੇ ਥੋੜ੍ਹਾ ਮਿੱਟੀ ਨੂੰ ਤਿਆਰ ਕਰਨਾ ਪੈਂਦਾ, ਪ੍ਰੋਸੈਸ ਕਰਨਾ ਪੈਂਦਾ, ਉਸ ਬਣਾ 29 ਤਰੀਕ ਨੂੰ ਸਿਖਾਓਗੇ? ਹਾਂਜੀ ਸਿਖਾਵਾਂਗੇ। ਗੱਲ ਇੱਥੇ ਆ ਕੇ ਡਿੱਗੇਗੀ ਕਿ 29 ਤਰੀਕ ਨੂੰ ਸਿਖਾਵਾਂਗੇ ਵੀ, 29 ਨੂੰ ਅਸੀਂ ਇਹਦੀਆਂ ਥੈਰੇਪੀਜ਼ ਵੀ ਕਰਾਂਗੇ, ਚਾਹੇ ਹੁਣ ਕਬਜ਼ ਦੀ ਸਮੱਸਿਆ ਹੈ ਤਾਂ ਪੇਟ 'ਤੇ ਕਰਾਂਗੇ, ਨੀਂਦ ਨਹੀਂ ਆਉਂਦੀ ਤਾਂ ਮੱਥੇ 'ਤੇ ਕਰਾਂਗੇ, ਗੈਟਿੰਗ, ਅਗਰ ਫਿਟਸ ਦੀ ਪ੍ਰੋਬਲਮ ਆ ਤਾਂ ਮੱਥੇ 'ਤੇ ਕਰਾਂਗੇ, ਅਗਰ ਸਰਵਾਈਕਲ ਹੈ ਤਾਂ ਉਹਨਾਂ ਦੀ ਸਪਾਈਨਲ 'ਤੇ ਕਰਾਂਗੇ, ਅਗਰ ਹਿੱਪੇ ਦੀ ਪ੍ਰੋਬਲਮ ਹੈ, ਹੁਣ ਕਈਆਂ ਦਾ ਚੂਲਾ ਚੇਂਜ ਕਰ ਲਈ, ਰਿਪਲੇਸ ਕਰ ਲਈ ਬੋਲ ਦਿੱਤਾ ਜਾਂਦਾ, ਤਾਂ ਅਸੀਂ ਇਕੱਲੇ ਮਿੱਟੀ ਦੀ ਪੱਟੀ ਦਾ ਟ੍ਰੀਟਮੈਂਟ ਨਾਲ ਐਡ ਕਰਕੇ ਚੂਲੇ ਦੀ ਰਿਪਲੇਸਮੈਂਟ ਵਾਲੇ ਜਿਹੜੇ ਕੇਸਿਸ ਆ ਉਹ 'ਚ ਬਹੁਤ ਵੱਡੀ ਇੰਪਰੂਵਮੈਂਟ ਦੇਖੀ ਅਸੀਂ ਇਹਦੇ 'ਤੇ। ਹਾਂ, ਸੋ ਇਹ ਹੱਡੀ ਹੈ ਆਪਣੇ ਆਪ ਦੇ ਵਿੱਚ, ਜੋ ਬੋਡੀ ਪਹਿਲਾਂ ਦੇਖੋ ਇਹ ਪਹਿਲਾਂ ਬਾਈ ਡਿਫੋਲਟ ਸੀ ਨਾ ਸਾਡੇ ਕੋਲ, ਕਿੱਥੇ ਸੀ ਭਲਾ, ਸਾਡੇ ਘਰ ਵਿਹੜੇ ਦੇ ਰੂਪ 'ਚ, ਠੀਕ ਹੈ। ਅੱਜ ਘਰ 'ਚ ਕੋਈ ਕੱਚੀ ਜਗ੍ਹਾ ਨਹੀਂ ਹੈਗੀ। ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦੱਸ, ਕਿਤੇ ਗ੍ਰਨੇਡ ਲੱਗੇ ਹੋਏ ਨੇ? ਹਾਂਜੀ, ਸੰਗਤ ਵੀ ਬੈਠੀ ਆ, ਸਾਰਾ ਦਿਨ ਅਸੀਂ ਇੱਥੇ ਬੈਠੇ ਰਹਿੰਦੇ ਹਾਂ, ਸਿਟਿੰਗ ਵਾਲਾ ਕੰਮ ਹੈ ਨਾ, ਔਰ ਸ਼ਾਮ ਨੂੰ ਜੋ ਥੱਕੇ ਜਾਈਦਾ ਨਾ, ਕਿਉਂਕਿ ਮੇਰਾ ਆਪਣਾ ਮੱਡ ਹਾਊਸ ਹੈ ਜੀ, ਸਾਰਾ ਕੱਚਾ ਥੱਲੋਂ, ਸ਼ਾਮ ਨੂੰ ਜਾ ਕੇ ਪਹਿਲਾਂ ਨੰਗੇ ਪੈਰ ਉੱਥੇ ਅੱਧਾ ਘੰਟਾ ਵਾਕ ਕਰੀਦੀ ਆ, ਪੂਰੇ ਦਿਨ ਦੀ ਐਨਰਜੀ ਧਰਤੀ ਮਾਂ ਤੋਂ ਲੈ ਲਈਦੀ ਆ, ਅਗਲੇ ਦਿਨ ਲਈ ਫਿਰ ਤਿਆਰ ਹੋ ਜਾਈਦਾ। ਤਾਂ ਉਹ ਅਸੀਂ ਚੀਜ਼ ਡੇਲੀ ਪ੍ਰੈਕਟੀਕਲ ਕਰਦੇ ਹਾਂ ਬੋਡੀ ਦੇ, ਕਿਵੇਂ ਮਿੱਟੀ ਪੈਰਾਂ ਤੋਂ ਸਾਨੂੰ ਕਰੰਟ ਦਿੰਦੀ ਆ, ਇਲੈਕਟ੍ਰੋਨਸ ਜਿਹੜੇ ਨੇ ਜ਼ਮੀਨ ਦੇ ਵਿੱਚ ਉਹ ਸਾਡੇ ਸੈੱਲ ਨੂੰ ਕਿਵੇਂ ਚਾਰਜ ਕਰਦੇ ਆ। ਤੁਹਾਡੀ ਵੀਡੀਓ ਤੋਂ ਬਾਅਦ ਅੰਗਰੇਜ਼ ਨਾ ਜੀ ਜਿੱਥੇ ਬੈਠਦੇ ਸੀ ਉਹ ਬੈਠ 'ਤੇ ਪੈਰਾਂ ਹੇਠਾਂ ਮਿੱਟੀ ਲੈ ਕੇ ਬੈਠਣ ਲੱਗੇ, ਸਾਨੂੰ ਫੋਨ ਆਇਆ। ਅੱਛਾ, ਡੈਫੀਨੇਟਲੀ। ਸੋ ਮੇਰੀ ਰਿਕੁਐਸਟ ਹੈ, ਜਿਹੜੀ ਤਾਂ ਆਪਾਂ ਪਿੰਡਾਂ ਵਾਲੇ ਹਾਂ, ਆਪਾਂ ਦਿੱਲੀ ਵਾਲੇ ਕਿਉਂ ਬਣਦੇ ਫਿਰਦੇ ਹਾਂ, ਠੀਕ ਆ, ਆਪਾਂ ਨੂੰ ਕਿਹੜਾ ਸ਼ੌਂਕ ਜਾ ਗਿਆ? ਘਰੇ ਨੋ ਡਾਊਟ ਸਮਾਜਿਕ ਰੁਤਬਾ ਬਣਾਉਣ ਲਈ ਪੱਕੀਆਂ ਕੋਠੀਆਂ ਪਾਈਏ, ਅੱਛੀ ਗੱਲ ਹੈ, ਲੇਕਿਨ ਕਰੋ ਕੱਚੀ ਜਗ੍ਹਾ ਨਾ ਗਾਇਬ ਕਰੀਏ, ਉਹਦੇ ਫਾਇਦੇ ਤੁਹਾਨੂੰ ਬੁਢੇਪੇ ਤੱਕ ਤੁਹਾਡੇ ਲਈ ਉਹ ਡਾਕਟਰ ਦਾ ਕੰਮ ਕਰਨਗੇ। ਤੁਸੀਂ ਘਰੇ ਆਪਣੇ ਕੋਲ ਇੱਕ ਮਰਲਾ ਦੋ ਮਰਲੇ ਕੱਚੀ ਜਗ੍ਹਾ ਦਾ ਅਰੇਂਜ ਕਰਕੇ ਰੱਖੋ, ਤੁਹਾਡਾ ਕੋਈ ਬੱਚਾ, ਤੁਹਾਡਾ ਕੋਈ ਪਰਿਵਾਰਕ ਮੈਂਬਰ ਤੁਹਾਡਾ ਸਾਥ ਦੇਵੇ ਜਾਂ ਨਾ ਦੇਵੇ ਬੁੱਢੇ ਬਾਰੇ, ਉਹ ਜਗ੍ਹਾ ਜ਼ਰੂਰ ਸਾਥ ਦੇਵੇਗੀ ਬੁੱਢੇ ਬਾਰੇ, ਬਹੁਤ ਡਾਕਟਰ ਦਾ ਰੋਲ ਕਰੇਗੀ, ਠੀਕ ਹੈ। ਤਾਂ ਉਹ ਤੁਸੀਂ ਉਹਨੂੰ ਨਾ ਆਪਣੇ ਘਰੋਂ ਗਾਇਬ ਕਰੋ, ਘਰੇ ਬੱਚਾ ਨਵਾਂ ਬੱਚਾ ਜਨਮ ਲੈਂਦਾ ਉਹਦੇ ਪਹਿਲੇ 3 ਸਾਲ ਉਸੇ ਮਿੱਟੀ 'ਚ ਜਾਣੇ ਚਾਹੀਦੇ ਆ, ਠੀਕ ਹੈ। ਘਰ 'ਚ 60 ਸਾਲ ਤੋਂ ਵੱਧ ਉਮਰ ਵਾਲਾ ਕੋਈ ਮੈਂਬਰ ਹੈ ਉਹਦੇ ਅਖੀਰਲੇ ਸਾਲ ਉਸ ਮਿੱਟੀ 'ਤੇ ਜਾਣੇ ਚਾਹੀਦੇ ਆ, ਗੈਟਿੰਗ। ਤਾਂ ਬਹੁਤ ਵੱਡਾ ਬਦਲਾਵ, ਤੁਸੀਂ ਖਾਲੀ ਉਹ 1-2 ਮਰਲੇ ਵਾਲੀ ਜਗ੍ਹਾ 'ਚ ਹੀ ਬਹੁਤ ਸਾਰੇ ਰੋਗਾਂ ਦਾ ਹੱਲ ਦੇਖ ਲਓਗੇ। ਸੋ ਇਹ ਦੇਖੋ ਸਾਰੀਆਂ ਚੀਜ਼ਾਂ ਡਾਕਟਰ ਭੁੱਲਰ ਹੋਰਾਂ ਨੇ ਦੱਸ ਰਹੇ ਨੇ ਕਿ ਆਉਣ ਵਾਲੀ 29 ਤਰੀਕ ਨੂੰ। ਡਾਕਟਰ ਸਾਹਿਬ ਇਹ ਬਾਲਟੀ ਵਾਲਾ ਸਿਸਟਮ 'ਤੇ ਜੀ ਇਹ ਸਾਨੂੰ ਸਮਝ ਨਹੀਂ ਆਇਆ ਕੀ ਚੀਜ਼ ਹੈ ਜੀ? ਇਹ ਹੌਟ ਇਮਰਸ਼ਨ ਹੈਗਾ, ਵਾਟਰ ਹੈ, ਫੂਡ ਥੈਰੇਪੀ, ਹੈਂਡ ਥੈਰੇਪੀ। ਹੁਣ ਜਿਹੜੇ ਪੇਸ਼ੈਂਟ ਡਿਪਰੈਸ਼ਨ ਦਾ ਸ਼ਿਕਾਰ ਆ, ਬੁਰੀ ਤਰ੍ਹਾਂ ਵਾਲੇ ਡਿਪਰੈਸ਼ਨ, ਮਤਲਬ ਨੀਂਦ ਵੀ ਨਹੀਂ ਆਉਂਦੀ, ਡਿਪਰੈਸ਼ਨ ਬੁਰੀ ਤਰ੍ਹਾਂ ਨਾਲ ਹੈ, ਠੀਕ ਹੈ, ਉਹਨਾਂ ਨੂੰ ਅਸੀਂ ਹੈਂਡ ਕਿਸ ਤਰੀਕੇ, ਇਸੇ ਤਰੀਕੇ ਨਾਲ ਦੋਨੇ ਹੱਥ 40 ਡਿਗਰੀ ਪਾਣੀ ਗਰਮ ਕਰਕੇ ਦੋਨੇ ਹੱਥਾਂ ਨੂੰ 20 ਮਿੰਟ ਤੱਕ ਡਿਪ ਕਰਨਾ ਹੈ, ਡਬੋਣਾ ਵਿੱਚ, ਜਿਵੇਂ ਜਿਹਨੇ ਡਿਪ ਕੀਤੀ ਹੈ ਇਹ 20 ਮਿੰਟ ਵਾਸਤੇ ਡਿਪ ਕਰਨਾ ਹੈ। ਹੁਣ ਦੂਸਰੇ ਜਿਹੜੇ ਦਮੇ ਦੇ ਪੇਸ਼ੈਂਟ ਆ, ਹੁਣ ਸਰਦੀਆਂ ਆ ਗਈਆਂ, ਜਿਨ੍ਹਾਂ ਨੂੰ ਦਮੇ ਦੀ ਸਮੱਸਿਆ ਹੈ, ਗਰਮੀਆਂ 'ਚ ਜਿਨ੍ਹਾਂ ਦੀ ਠੀਕ ਸੀ ਹੁਣ ਉਹ ਸਰਦੀਆਂ 'ਚ ਵਿਗੜ ਜਾਂਦੀ ਹੈ, ਠੀਕ ਹੈ, ਵਾਇਰਲ ਵੀ ਆ ਜਾਂਦਾ, ਜਿਨ੍ਹਾਂ ਨੂੰ ਛਾਤੀ 'ਤੇ ਬਲਗਮ ਜੰਮ ਜਾਂਦੀ ਹੈ, ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਖਾਂਸੀ ਨਹੀਂ ਠੀਕ ਹੁੰਦੀ, 40 ਡਿਗਰੀ ਪਾਣੀ ਗਰਮ ਕਰੋ, 20 ਮਿੰਟ ਲਈ ਦੋਨੇ ਹੱਥ ਵਿੱਚ ਡਬੋ ਦਿਓ,
तुहानू इंस्टेंट रिजल्ट मिलेगा। बॉडी किवें स्टीरॉयड बना के तुहाडे लंग्स तक भेज दे। इनहेलर लैंदे ने जी, फिर छुटकारा होएगा उहनां दा? डेफिनेटली उहनां लई एमरजेंसी डोज है। एमरजेंसी डोज है 40 डिग्री दे दोने हाथ डिप कर दिओ, बॉडी च सब कुछ पिया। ओ किवें जी? ऑलरेडी देखो हुंदा की है, जदों इत्थे 40 डिग्री पानी गर्म किया जाएगा तो ब्लड ने बॉडी ने बाय डिफॉल्ट सिग्नल देना हैगा अपर पोर्शन नूं, तां जिहड़ा लंग्स दे एरिए च ब्लड इकट्ठा होना शुरू हो जाता है। जो ब्लड इकट्ठा होना शुरू हो जाता तो गरमैश उस एरिए वध जाती है। गरमैश वधेगी तो नमूनिया का लैवल घटेगा, कफ घटेगी, ठीक है। तो उहदे नाल उहदी साह लैणा, उहदियां जो वेन्स च ब्लड चलेगा तो अपने आप ही सिस्टम समूथ हो जाएगा। तो साइंस अंदर काम करती है, गल समझ आ रही है? सारा कुछ अंदर पिया है, बस चालू करने वाला है, ठीक है। तो उन्होंने इस तरीके आप वर्किंग लैके आवेंगे। अच्छा, तो डॉक्टर साहब जी 29 तरीक नूं तुसीं कैंप लगन वाला है, की खास खासियत होर की? तो तुसीं समझाता कि ये चीज़ा असीं दसांगे उस कैंप दे विच, इत्थे खासियत की रहने वाली है उस कैंप की, होर किहड़ियां चीज़ा किहड़े किहड़े घरां दे विच बहुत क्रोनिकल मरीज ने जिहड़े इस वेले पए ने, समझो भी मौत नूं उड़ीक रहे ने, किसी पास कोई चारा नहीं है, वो आन उन्होंने परिवार जो वो नहीं आ सकते तो वह आन उन्होंने परिवार वाले, उन्होंने की फायदा होएगा? कैंप का जोड़ा शख्स हिस्सा बनेगा उन्होंने खुद न उस परिवार को की फायदा होने वाला? दो फायदे होने ने सर। सब तो पहला वो घर नवी नॉलेज ऐड हो जानी है। दूसरा फायदा वह चाहे तो अपने परिवार की एक मैंबर नैचुरल साइंस का एक्सपर्ट डॉक्टर या स्टूडेंट बना दे, जो सारी जिंदगी डॉक्टर को रुलना नहीं चाहता तो ठीक है, अदरवाइज कमाई जाएगी, ठीक है। दूसरा फायदा देखो, सर्दी आ गई, सर्दी दे विच कफ दे मरीज इन्हां दी समस्या वध जांदी, वात भाव जिन्हां नूं हार्ट की समस्या है, खून पतले दी गोलियां खांदे आ, गैटिंग इस तों अगे गठिया दे मरीज आ, इह जिन्ने भी इस सीजन दे विच रोग ने जिहड़े हाइपर हुंदे ने वधदे ने, उन्हां नूं असीं किवें हील कर सकते हैं? एक तो उहदा उदन असीं ट्रीटमेंट देवांगे, ईवन असीं अपनियां रेमडीज इलैक्ट्रो होम्योपैथी दी रेमडीज भी उन्हों का फ्री ऑफ कॉस्ट लंगर लगाया जाएगा। मतलब कोई किसी को किसी तरह का कोई पैसा नहीं लिया जाना? कोई उस दिन सर मेरी भी फीस कोई उस दिन नहीं होंगी और किसी दवाई का उस दिन पैसा नहीं लिया जाता। ये असं आपका दसवंध कढ़ते हैं, ठीक है, लंगर के रूप के जो इस चीज़ का जिन्ना भी पसार हो सके वो कर सकी, आप किसी भी तरीके कर सकी। अपने अपने मुल्क की अपने देश की गंदगी आप ही कढ़नी है, किसी पर निर्भर ना हो। बहुत शुक्रिया जी डॉक्टर साहब सारी गलबात। सो सा असिस्टेंट डॉक्टर डॉक्टर रमन ने उन्होंने भी असं गलबात करते हैं। पिंड सिस्टम की रहता, तुम जो कैंप लगा रहे हो वो किस तरीके ऑर्गेनाइज करते हो, खास करके बठिंडा एरिए जो लगा जा रहे हो 29 तरीक में? सब तो पहला सारे सत श्रीकाल जी, जिहड़ा 29 तरीक नूं कैंप लगन जा रहा उहदे विच साडी एक सर्वे टीम है जिहड़ी हरेक पिंड दे विच जाके उत्थे फैमिली टू फैमिली डोर टू डोर एक गलबात करदी है, जिहदे विच उहनां नूं दस्सिया जांदा है कि जिहड़ी साडी पैथी ओह किस तरीके दे नाल काम करदी है, सानूं जरूरत क्यों इस चीज़ बारे, तां उहनां नूं कैंप दे बारे जिहड़ा जो कैंप दे विच सिखाया जाएगा तां जो घर घर तक इह गल पहुंचे। और साडी टीम जिहड़ी तुसीं पिछे देख रहे हो सारे सर्वे दे लई जा रहे ने, मैडम परमिंदर कौर ने और इधर साडे स्टूडेंट ही ने चरणजीत सिंह जी और नाल साडे होर स्टूडेंट जिहड़े कोर्सेस कर रहे ने वो डोर टू डोर जाके सर्वे कर रहे ने, ते उस सर्वे दे विच लोगों नूं इह सारे जिन्ना जिहड़ा भी कैंप लगाया जा रहा इहदे विच किहड़ियां किहड़ियां ट्रीटमेंट कीते जाणगे, क्यों सानूं नेचरपैथी वाले पासे आउण दी जरूरत है, घर घर जाके लोगों नूं इस चीज़ बारे दस्सिया जाए। तो ये तस्वीरां ने जिहड़ियां असीं तुहानूं दिखाईआं ने किस तरीके नाल इत्थे हुण जिहड़ियां चीज़ां डॉक्टर साहब ने समझाईआं ने वह भी असीं कोशिश करदे आं समझण दी, पुछण दी। सति श्री अकाल भाई जी। सति श्री अकाल जी। बड़े गौर नाल तुसीं सारीआं चीज़ां सुणीआं ने। हांजी हांजी। की सब तो वधिया गल लगी है डॉक्टर साहब दी? सब तो वधिया तो इही है जी, असीं वैसे आउण हुण लगे हां 15 दिन दे दवाई लैके गए, 15 दिन दी। अच्छा, 15 दिन पहले लैके गए सी, की प्रॉब्लम सी तुहानूं? इन्हां दे मैडम मेरे ते इन्हां दे ना हरनीया ने। अच्छा, उहनां करके दवाई लैणा है। कुछ फर्क लग्गिया? कुछ फर्क लग्गिया जी? सति श्री अकाल। सति श्री अकाल। की नाम तुहाडा? भुपिंदर कौर। अच्छा, कुछ फर्क लग्गिया 15 दिनां? हांजी, थोड़ा जिहा फर्क हैगा जी। किन्ने टाइम दी ने प्रॉब्लम, हरनीया दी प्रॉब्लम किन्ने टाइम दी? 6-7 साल हो गए। मतलब 6-7 साल दी प्रॉब्लम जिहड़ी तुहाडी ओह 15 दिनां च कंट्रोल होणी या ठीक होण वाले पासे नूं पै गई है? थोड़ा जिहा फर्क हैगा। ਅੱਜ ਕੀ ਸਮਝ ਆਇਆ ਫਿਰ? ਅੱਜ ਬਹੁਤ ਕੁਛ ਹੋਰ ਸਮਝ ਆਇਆ ਨਾ। ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਡਾਕਟਰ ਸਾਹਿਬ? ਤੁਹਾਨੂੰ ਦੁੱਧ ਵਾਲੀ ਗੱਲ ਬਹੁਤ ਵਧੀਆ ਲੱਗੀ। ਤੇ ਫਿਰ ਦੁੱਧ ਵਾਲਾ ਨੁਸਖਾ ਅਜਮਾਓਗੇ ਤੁਸੀਂ? ਅਜਮਾਵਾਂਗੇ ਜ਼ਰੂਰ। ਜੀ 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 ਜੀ। ਸੋ ਹੋਰ ਵੀ ਸਾਡੇ ਨਾਲ ਜਿਹੜੇ ਲੋਕ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰੇ ਸਵਿਤਾ। ਅੱਛਾ, ਹਸਪੀਟਲ ਦੇ ਵਿੱਚ ਆ ਕੇ ਤੇ ਲੋਕ ਦੁਖੀ ਹੁੰਦੇ ਨੇ, ਤੁਸੀਂ ਬੜੇ ਖੁਸ਼ ਹੋਏ ਹੋਏ ਹੋ, ਕੀ ਇਸ ਤਰ੍ਹਾਂ ਦੇ ਕੀ ਕੀ ਮਿਲਿਆ ਤੁਹਾਨੂੰ ਅੱਜ?
ਕਿਉਂਕਿ ਮੈਨੂੰ ਇੱਥੋਂ ਅੱਛੀ ਜੀ ਕੇ ਮਿਲ ਗਈ ਹੈ ਔਰ ਨਾਲੇ ਅੱਛਾ ਲੱਗਿਆ ਕਿ ਬਹੁਤ ਅੱਛਾ ਡਾਕਟਰ ਸਾਹਿਬ ਕਰ ਰਹੇ ਨੇ ਨੈਚੁਰਲਪੈਥੀ ਨੂੰ ਰਿਸਪੋਂਸ ਦੇ ਰਹੇ ਨੇ ਐਲੋਪੈਥਿਕ ਨੂੰ ਛੁਡਵਾ ਰਹੇ ਨੇ ਮੇਨ ਐਲੋਪੈਥਿਕ ਦਵਾਈ ਲੈਣੀ ਬਹੁਤ ਮੁਸ਼ਕਿਲ ਹੈ ਔਰ ਨੈਚੁਰਲਪੈਥੀ ਦਵਾਈ ਲੈਣੀ ਬਹੁਤ ਹੀ ਆਸਾਨ ਹੈ ਔਰ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਲੇਕਿਨ ਉਸਦੇ ਸਾਈਡ ਇਫੈਕਟ ਨਹੀਂ ਰਹਿੰਦੇ ਇਸ ਕਰਕੇ ਮੈਨੂੰ ਇਹ ਲੱਗਿਆ ਕਿ ਡਾਕਟਰ ਸਾਹਿਬ ਨੈਚੁਰਲਪੈਥੀ ਦੀ ਤਰਫ ਜਾ ਰਹੇ ਨੇ ਤਾਂ ਸਾਨੂੰ ਜਾਣਾ ਚਾਹੀਦਾ ਉਹਨਾਂ ਦੇ ਨਾਲ ਬਹੁਤ ਖੁਸ਼ੀ ਹੋ ਰਹੀ ਹੈ ਅੱਛਾ ਕਿੱਥੋਂ ਆਏ ਹੋ ਮੈਂ ਫਤਿਹਾਬਾਦ ਤੋਂ ਅੱਛਾ ਫਤਿਹਾਬਾਦ ਤੋਂ ਆਏ ਹੋ ਤੇ ਹਰਿਆਣਾ ਅੱਜ ਕਿਹੜਾ ਵਧੀਆ ਕਿਹੜਾ ਫਾਰਮੂਲਾ ਸਭ ਤੋਂ ਵਧੀਆ ਲੱਗਿਆ ਨੁਸਖਾ ਗੋਲਡਨ ਦੁੱਧ ਦਾ ਕਿਉਂਕਿ ਉਹ ਮੈਨੂੰ ਲੈਣਾ ਪਏਗਾ ਮੈਨੂੰ ਗੱਠੀਆ ਪਾਇਆ ਤੇ ਅੱਜ ਮੈਨੂੰ ਉਹੀ ਸ਼ੁਰੂ ਕਰਨਾ ਪਏਗਾ ਸੋ ਇੱਕ ਹੋਰ ਸਾਡੇ ਨਾਲ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਵਧੀਆ ਕਿੱਥੋਂ ਆਏ ਹੋ ਮੈਂ ਪਿੰਡ ਭਗਤਾ ਭਾਈ ਤੇ ਵੈਸੇ ਮੈਂ ਬਾਹਰੋਂ ਕੈਲਗਰੀ ਤੋਂ ਆਈ ਹਾਂ ਕੈਲਗਰੀ ਤੋਂ ਕੈਨੇਡਾ ਤੋਂ ਆਏ ਹੋ ਹਾਂਜੀ ਅੱਛਾ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਕੌਰ ਅੱਛਾ ਰਾਜ ਜੀ ਤੇ ਕੈਨੇਡਾ ਤੋਂ ਆਉਣ ਦਾ ਕੀ ਕਾਰਨ ਹੈ ਜੀ ਤੇ ਕੈਨੇਡਾ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਆ ਕਹਿੰਦਾ ਜੀ ਬੜਾ ਐਡਵਾਂਸ ਮੁਲਕ ਹੈ ਸਾਲ ਡੇਢ ਸਾਲ ਦੀਆਂ ਵੀਡੀਓ ਵੇਖਦੀ ਹੁੰਦੀ ਸੀਗੀ ਡਾਕਟਰ ਭੁੱਲਰ ਦੀਆਂ ਮੋਗੇ ਦੀਆਂ ਤੇ ਫਿਰ ਮੇਰੇ ਪੀੜਾਂ ਬਹੁਤ ਪੈਂਦੀਆਂ ਮੈਂ ਤੁਰਿਆ ਨਹੀਂ ਜਾਂਦਾ ਹੈਗਾ ਫਿਰ ਮੈਂ ਕਿਹਾ ਵੀ ਹੁਣ ਉੱਥੇ ਹੀ ਠੀਕ ਹੋਊਂਗੀ ਹੁਣ ਫਿਰ ਮੈਂ ਕਿਹਾ ਵੀ ਉੱਥੋਂ ਭਾਲ ਕੇ ਹੁਣ ਇੱਥੇ ਪਹੁੰਚੇ ਹੈਗੇ ਪੂਰੀ ਉਮੀਦ ਰੱਖੀ ਹੈ ਵੀ ਇੱਥੋਂ ਠੀਕ ਹੋਵਾਂਗੇ ਸਾਰੇ ਸਰੀਰ ਦੇ ਵਿੱਚ ਪੀੜ ਹੈ ਹਾਂ ਮੈਥੋਂ ਖੜੀ ਨਹੀਂ ਹੋਇਆ ਜਾਂਦਾ ਮੇਰੀਆਂ ਪਿੰਜਣੀਆਂ ਬਹੁਤ ਦੁਖਦੀਆਂ ਭਾਰ ਨਹੀਂ ਆਉਂਦਾ ਲੱਤਾਂ 'ਤੇ ਚਲੋ ਸੋਜ ਆਉਂਦੀ ਹੈ ਲੱਤਾਂ 'ਤੇ ਬਾਹਲੀ ਅਤੇ ਹੋ ਗਏ ਕਿੰਨਾ ਟਾਈਮ ਹੋ ਤੁਸੀਂ ਰਹੋਗੇ ਤਿੰਨ ਕੁ ਮਹੀਨੇ ਤਿੰਨ ਕੁ ਮਹੀਨੇ ਰੱਖੋਗੇ ਅਤੇ ਜਦੋਂ ਠੀਕ ਹੋ ਗਏ ਮੈਨੂੰ ਲੱਗਦਾ ਮਹੀਨੇ ਡੇਢ ਮਹੀਨੇ ਤੁਹਾਡੀ ਪ੍ਰੋਬਲਮ ਠੀਕ ਹੋ ਜਾਣੀ ਹੈ ਫਿਰ ਅਸੀਂ ਤੁਹਾਡੀ ਵੀਡੀਓ ਸ਼ੂਟ ਕਰਾਂਗੇ ਹਾਂ ਜਿੱਦਣ ਮੈਂ ਠੀਕ ਹੋ ਗਈ ਜ਼ਰੂਰ ਵੀਡੀਓ ਬਣਾਉ ਤੋਂ ਸੱਦ ਕੇ ਬਣਾਉਂਗੀ ਵੀਡੀਓ ਜੇ ਮੈਂ ਠੀਕ ਹੋ ਗਈ ਫਿਰ ਹੈ ਨਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੁਛ ਕੁ ਹੋਰ ਲੋਕ ਵੀ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੇ ਖੁਸ਼ ਹੋ ਤੁਸੀਂ ਇੱਥੇ ਆ ਗਏ ਕੀ ਗੱਲ ਮੈਂ ਸਰ ਤੁਹਾਡੀ ਪੁਰਾਣੀ ਵੀਡੀਓ ਦੇਖੀ ਸੀ ਔਰ ਤੁਹਾਡੇ ਦਰਸ਼ਨ ਵੀ ਅੱਜ ਹੋ ਗਏ ਚਲੋ ਹਾਂਜੀ ਬਹੁਤ ਬਹੁਤ ਤੁਹਾਡੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਸਾਡੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਸਰ ਕਿ ਅਸੀਂ ਸਹੀ ਜਾਣਕਾਰੀ ਸਹੀ ਥਾਂ ਤੋਂ ਲਿਆ ਕੇ ਸਹੀ ਲੋਕਾਂ ਤੱਕ ਪਹੁੰਚਦੀ ਕਰਦੀ ਬਿਲਕੁਲ ਇਸੇ ਕਰਕੇ ਲੋਕ ਤੁਹਾਡੀ ਵੀਡੀਓ ਦੇਖ ਕੇ ਜਿੱਥੇ ਜਿਹਨਾਂ ਸਭ ਨੇ ਦੇਖ ਕੇ ਇੱਥੇ ਪਹੁੰਚੇ ਆ ਜੀ ਔਰ ਤੁਸੀਂ ਕੀ ਪ੍ਰੋਬਲਮ ਲੈ ਕੇ ਪਹੁੰਚੇ ਸ਼ੂਗਰ ਦੀ ਪ੍ਰੋਬਲਮ ਆ ਜੀ ਅੱਛਾ ਪਹਿਲੀ ਵਾਰ ਆਏ ਹੋ ਹਾਂ ਫਸਟ ਟਾਈਮ ਆ ਜੀ ਅੱਛਾ ਫਸਟ ਟਾਈਮ ਆਏ ਹੋ ਤੇ ਤੁਸੀਂ ਉਹ 150 ਵਾਲੀ ਦੇਖੀ ਹੋਣੀ ਹੈ ਵੀਡੀਓ ਇਹਦੇ 150 ਸ਼ੂਗਰ ਹੋ ਗਈ ਬੰਦੇ ਦੀ ਹਾਂਜੀ ਅਸੀਂ ਐਨ ਹੁਣ ਯਾਦ ਨਹੀਂ ਕਿਹੜੀ ਦੇਖੀ ਸੀ ਵੀਡੀਓ ਤੇ ਉਹ ਲੜਕੀ ਸੀ ਛੋਟੀ ਜਿਹੀ ਉਮਰ ਦੀ ਉਹਨਾਂ ਦੀ ਕਹਿੰਦੇ ਡਿਵੋਰਸ ਹੋ ਗਈ ਫਿਰ ਮੈਂ ਸੋਚ ਕੇ ਪੜ੍ਹ ਕੇ ਦੇਖ ਕੇ ਤੇ ਫਿਰ ਮਿੱਥੇ ਆ ਗਿਆ ਪਰਮਾਤਮਾ ਕਰੇ ਤੁਸੀਂ ਵੀ ਇਸੇ ਤਰੀਕੇ ਨਾਲ ਇੱਥੋਂ ਹੀ ਲਵੋ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਿਆਰੀਆਂ ਨੇ ਪੂਰੇ ਜ਼ੋਰਾਂ ਦੇ ਉੱਤੇ ਕੈਂਪ ਦੀਆਂ ਚੱਲ ਰਹੀਆਂ ਨੇ ਟੀਮ ਹੈਗੀ ਹੈ ਸਿਰ ਜੋੜ ਕੇ ਇੱਥੇ ਬੈਠੀ ਹੈ ਸੋ ਕੁਛ ਕੁ ਹੋਰ ਲੋਕ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਹੈ ਕਿੱਥੋਂ ਆਏ ਹੋ ਮੇਰਾ ਨਾਮ ਸੁਖਪਾਲ ਸਿੰਘ ਭੁੱਲਰ ਜੀ ਪਿੰਡ ਘੁੰਮਣ ਕਲਾਂ ਡਿਸਟ੍ਰਿਕਟ ਬਠਿੰਡਾ ਹੀ ਹੈ ਜੀ ਅੱਛਾ ਬਠਿੰਡਾ ਤੋਂ ਕੀ ਪ੍ਰੋਬਲਮ ਲੈ ਕੇ ਹੋ ਕੀ ਪ੍ਰੋਬਲਮ ਲੈ ਕੇ ਨਹੀਂ ਜੀ ਮੈਂ ਡਾਕਟਰ ਸਾਹਿਬ ਦੀਆਂ ਤੁਹਾਡੀਆਂ ਹੀ ਹਕੀਕਤ ਟੀਵੀ ਦੀਆਂ ਵੀਡੀਓਜ਼ ਦੇਖੀਆਂ ਜੀ ਅਤੇ ਡਾਕਟਰ ਸਾਹਿਬ ਦੀ ਨੈਚੁਰੋਪੈਥੀ ਦੀ ਜਿਹੜੀ ਮੈਂ ਦੇਖੀ ਵੀ ਇੱਕ ਲੋਕਾਂ ਨੂੰ ਜਾਂ ਵੱਧ ਰਹੇ ਜਿਹੜੇ ਮੈਡੀਕਲ ਦੇ ਖਰਚੇ ਉਹਨਾਂ ਤੋਂ ਬਚਾਉਣ ਲਈ ਇੱਕ ਬਹੁਤ ਵਧੀਆ ਉਪਰਾਲਾ ਤਾਂ ਮੈਂ ਮੇਰੀ ਮਾਤਾ ਜੀ ਦੀ ਬਰਸੀ ਆ ਉਹਦੇ 'ਤੇ ਮੈਂ ਸੋਚਿਆ ਵੀ ਇਹੋ ਜਿਹਾ ਕੈਂਪ ਕੋਈ ਲਵਾਇਆ ਜਾਏ ਪਿਛਲੇ ਸਾਲ ਜਿਹੜੀ ਕੈਂਸਰ ਕੇਅਰ ਦਾ ਆਪਣਾ ਕੁਲਵੰਤ ਸਿੰਘ ਹੋਰਾਂ ਨੇ ਲਵਾਇਆ ਸੀ ਤਾਂ ਇਸ ਬਾਰੇ ਮੈਂ ਸੋਚਿਆ ਵੀ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਪਿੰਡ ਕੈਂਪ ਲਵਾਓ ਜਿਹੜੀ ਕੋਈ ਤਿਲ ਫਿਲ ਹੋਊ ਉਹ ਆਪਾਂ ਕਰਾਂਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਅਵੇਅਰ ਕੇ ਨੈਚੁਰੋਪੈਥੀ ਨਾਲ ਜੋੜੀਏ ਤਾਂ ਕਿ ਜਿਹੜੇ ਮੈਡੀਕਲ ਦੇ ਖਰਚੇ ਉਹ ਘੱਟ ਸਕਣ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਭੁੱਲਰ ਸਾਹਿਬ ਸੋ ਇਹ ਤਸਵੀਰਾਂ ਨੇ ਲੋਕ ਨੇ ਆਪ ਮੁਹਾਰੇ ਮੂਹਰੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਦੋਂ ਤੱਕ ਅਸੀਂ ਨੈਚੁਰਲਪੈਥੀ ਨਾਲ ਨਹੀਂ ਜੋੜਦੇ ਡਾਕਟਰ ਭੁੱਲਰ ਦੇ ਨੁਸਖਿਆਂ ਨਾਲ ਫਾਰਮੂਲੇ ਨਾਲ ਨਹੀਂ ਜੋੜਦੇ ਤਾਂ ਉਦੋਂ ਤੱਕ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਉਹ ਸਾਡੇ ਘਰਾਂ ਦੇ ਵਿੱਚੋਂ ਨਹੀਂ ਜਾ ਸਕਦੇ ਐਲੋਪੈਥੀ ਤੋਂ ਅਸੀਂ ਖਹਿੜਾ ਆਪਣਾ ਜਿਹੜਾ ਉਹ ਨਹੀਂ ਛੁਡਾ ਸਕਾਂਗੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸੇ ਉਮੀਦ ਨਾਲ ਇਸੇ ਆਸ ਨਾਲ ਕਿ ਆਉਣ ਵਾਲੇ 29 ਤਰੀਕ ਨੂੰ ਜਿਹੜਾ ਤੁਸੀਂ ਬਠਿੰਡਾ ਦੇ ਵਿੱਚ ਡਾਕਟਰ ਭੁੱਲਰ ਹੋਰਾਂ ਦਾ ਜਿਹੜਾ ਲੱਗਣ ਵਾਲਾ ਕੈਂਪ ਆ ਉੱਥੇ ਜ਼ਰੂਰ ਪਹੁੰਚੋਗੇ ਔਰ ਸੋ ਇਸੇ ਉਮੀਦ ਨਾਲ ਇਸੇ ਆਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਖੁਦ ਜਿਹੜਾ ਸਵਸਥ ਰਹੋਗੇ ਅਤੇ ਆਪਣੇ ਪਰਿਵਾਰ ਨੂੰ ਵੀ ਇਹਨਾਂ ਟੋਟਕੇ ਇਹਨਾਂ ਫਾਰਮੂਲਿਆਂ ਨਾਲ ਸਵਸਥ ਰੱਖਣ ਦੀ ਕੋਸ਼ਿਸ਼ ਕਰੋਗੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਬਠਿੰਡਾ